ਆਪੇ ਤਾਂ ਕਦੇ ਮੇਲਾ ਦੇਖ ਕੇ ਜਾਣਾ ਤੁਹਾਨੂੰ ਦੇਖ ਕਰ ਲੈ ਜੀ। ਅਗਲਾ ਜਿਹੜਾ ਦਾਸ ਹੈ ਕਪੂਰੇ ਗਾੜਾ ਕਲੱਬ ਵਰਸ ਜੀ ਲੰਡੇ, ਇਹ ਟੀਮਾਂ ਧਿਆਨ ਦੇਵ ਕਪੂਰੇ ਵਰਸੇ ਰਾਣਾ ਕਲੱਬ ਕਪੂਰੇ ਵਰਸੇ ਜੀ ਲੰਡੇ, ਇਹ ਟੀਮਾਂ ਜਿਹੜੀਆਂ ਧਿਆਨ ਦੇਣ। ਇੱਧਰ ਕਹਿੰਦੇ ਨੇ ਵੀ ਗਗਨੀ ਵਰਗੇ ਪਹੁੰਚੇ ਹੋਏ ਨੇ ਧੋਨੀ ਵਰਗੇ। ਮੈਂ ਜੀ ਇੱਧਰ ਮੋਗੇ ਵਾਲੇ ਬਹੁਤ ਹੀ ਵਧੀਆ ਖਿਡਾਰੀ ਨੇ, ਸੋਹਣਾ ਮੈਚ ਹੋਵੇਗਾ। ਇੱਧਰ ਸਿੰਧੂ ਵਾਸ ਜਿਹੜਾ ਨਹੀਂ ਰੀਸਾ, ਇੱਧਰ ਕਹਿੰਦੇ ਨੇ ਵੀ ਤੇਜ ਪਾ ਤੇਜ਼ੀ ਦਾ ਚੱਲਿਆ ਹੋਇਆ। ਆਹ ਸਾਹਮਣੇ ਕਹਿੰਦੇ ਨੇ ਵੀ ਨਰਵਾਰ ਧੋਨੀ ਨੂੰ ਬਹੁਤ ਦੁਨੀਆਂ ਜਾਣਦੀ ਹੈ, ਇੱਕ ਆਹ ਧੋਨੀ ਸਾਡਾ ਵੀਰ ਹੈ, ਬਹੁਤ ਹੀ ਵਧੀਆ ਕਬੱਡੀ ਖੇਡਦਾ। ਸਿੱਧੂ ਜੀ ਸੁਭਾਅ ਦੀ ਪੇਂਡੂ ਜੱਟ ਹੈ ਵੀ ਦਿਲ ਦਰਿਆਵਾਂ ਵਰਗੀ। ਅੱਜ ਟੀਵੀ ਪੰਜਾਬੀ ਵਾਲੇ ਕਵਰ ਕਰ ਰਹੇ ਨੇ ਇਸ ਖੇਡ ਮੇਲੇ ਨੂੰ, ਜਿੱਥੇ ਪੰਜਾਬ ਲਾਈਵ ਵਨ.com ਦੇ ਜ਼ਰੀਏ ਸਾਡੇ NRI ਵੀਰ ਜੁੜੇ ਹੋਏ ਨੇ। ਇਸ ਮੈਚ ਵਾਸਤੇ 5 ਮਿੰਟ ਮੈਂ ਸਿੰਗਾਪੁਰੀ ਦੇਖਣੀ
ਡੱਪੀ ਥੱਲੇ ਨੂੰ ਸੋਖੋ ਲਓ ਜੀ, ਲੰਡਿਆਂ ਦੀ ਟੀਮ ਦਾ ਇੰਤਜ਼ਾਰ ਹੋ ਜਾਓ। ਇੱਕ ਮਿੰਟ ਦਾ ਸਮਾਂ ਹੈ ਲੰਡਿਆਂ ਦੀ ਟੀਮ ਨੂੰ। ਲੰਡਿਆਂ ਦੀ ਟੀਮ ਜੇ ਨਹੀਂ ਖੇਡਣਾ ਤੇ ਇੱਕ ਖਿਡਾਰੀ ਸਾਨੂੰ ਆ ਕੇ ਦੱਸ ਦਿਓ ਵੀ ਘੜੀ ਦੇ ਹਿਸਾਬ ਨਾਲ ਅਸੀਂ ਇੱਕ ਮਿੰਟ ਬਾਅਦ ਜਿਹੜੀ ਟੀਮ ਕੱਟ ਕੇ ਜੇਤੂ ਕਲੱਬ ਕਪੂਰੇ ਨੂੰ ਜੇਤੂ ਕਰਾਰ ਦੇ ਦੇਣ। ਆ ਲਓ ਜੀ, ਮੇਰੇ ਵੱਲੋਂ ਤਾਂ ਸਮਝ ਲਓ ਜੇਤੂ ਕਰਾਰ ਦਿੱਤਾ ਹੀ ਗਿਆ ਜੇ ਹਿਸਾਬ ਦਾ ਆ ਨਹੀਂ ਰਹੇ। ਵਾਣਾ ਕਲੱਬ ਕਪੂਰੇ ਪਹੁੰਚੀ ਹੋਈ ਹੈ ਲੰਡੇ। ਅਗਲੀ ਜਿਹੜੀ ਟੀਮ ਹੈ ਪਿੰਡਲ ਵਰਸਿਜ ਵਕੀਲਾਂ ਵੱਲ, ਬਾਬਾ ਰਾਮ ਸਿੰਘ ਕਲੱਬ ਇੰਦਗੜ ਵਰਸਿਜ ਰੋਡੇ, ਬਾਬਾ ਭਗਵਾਨ ਦਾਸ ਕਲੱਬ ਲੰਡੇ। ਨਾਲ ਹੀ ਇਹ ਖੇਡੇਗੀ ਬਾਬਾ ਭਗਵਾਨ ਦਾਸ ਕਲੱਬ ਲੰਡਿਆਂ ਦੇ ਨਾਲ ਜੋਗੀ ਵਾਲਾ ਬੀ, ਬਾਬਾ ਹਰੀਦਾਸ ਕਲੱਬ ਮਾਲਾ ਤੇ ਕੱਸੇ ਵਾਲਾ ਬੀ, ਚੰਦ ਬਾਜਾ ਤੇ ਚੰਦੜ ਵਾਂਦਰ ਦੌੜ ਖੇਡੇਗੀ ਬਾਲਾ ਖੁਰ ਦੇ ਨਾਲ ਭਿੰਡਰ ਵਰਸੇ ਵਕੀਲਾਂ ਵੱਲ। ਲਓ ਜੀ, ਰਾਣਾ ਕਲੱਬ ਕਪੂਰੇ ਜੇਤੂ ਲਿਖੋ ਜੀ, ਰਾਣਾ ਕਲੱਬ ਕਪੂਰੇ। ਆ ਲੰਡੇ ਨਹੀਂ ਨਾ ਜੀ, ਨਿੱਕੇ ਭਿੰਡਰਾਂ ਚ। ਲਓ ਜੀ, ਭਿੰਡਰ ਆ ਗਈ ਹੈ ਔਰ ਵਕੀਲਾਂ ਵੱਲ, ਵਕੀਲਾਂ ਵਾਲੇ ਦੀ ਟੀਮ ਬਾਈ ਜੀ, ਵਕੀਲਾਂ ਵੱਲ ਭਿੰਡਰਾਂ ਦੀ ਟੀਮ ਆ ਗਈ ਹੈ। ਵਕੀਲਾਂ ਵਾਲੇ ਦੀ ਟੀਮ ਜਿਹੜੀ ਨਜ਼ਰ ਨਹੀਂ ਆ ਰਹੀ, ਸੋ 2 ਮਿੰਟ ਦਾ ਸਮਾਂ ਵਕੀਲਾਂ ਵਾਲੀ ਦੀ ਟੀਮ ਨੂੰ। ਸੋ ਦਰਸ਼ਕ ਵੀਰੋ, ਤੁਸੀਂ ਟੀਮਾਂ ਦੇ ਆਨੰਦ ਮਾਣੇ ਰਹੇ ਹੋ ਤੇ ਖਿਡਾਰੀ ਵੀਰੋ, ਤੁਹਾਡੇ ਅੱਗੇ ਬੇਨਤੀ ਹੈ ਵੀ ਜੇ ਤੁਸੀਂ ਟੀਮ ਐਂਟਰ ਕਰਵਾ ਕੇ ਗਏ ਹੋ, ਐਂਟਰੀ ਫੀਸ ਦੇ ਕੇ ਗਏ ਹੋ, ਤੇ ਆਪਾਂ ਕਾਹਦੇ ਨੂੰ ਸਮੇਂ ਸਿਰ ਗਰਾਊਂਡ ਦੇ ਵਿੱਚ ਪਹੁੰਚ ਗਏ। ਰਾਣਾ ਕਲੱਬ ਕਪੂਰੇ ਜਿਹੜੀ ਲੰਡਿਆਂ ਦੀ ਟੀਮ ਨਹੀਂ ਆਏਗੀ, ਰਾਣਾ ਕਲੱਬ ਕਪੂਰੇ ਜਿਹੜੀ ਜੇਤੂ ਕਰਾਰ ਲਿਖ ਲਓ ਜੀ। ਜੇਤੂ ਕਰਾਰ ਲਿਖ, ਲੰਡੇ ਟੀਮ ਨਹੀਂ ਆਈ, ਨਹੀਂ ਆਏਗੀ, ਬਸ ਉਹਨੂੰ ਕਿਆ ਦਿੱਤਾ ਜਾਣਾ, ਉਹ ਵੀ ਲੈਣੀ ਨਾਲ। ਠੀਕ ਹੈ ਜੀ। ਪਹਿਲਾਂ
ਲਾਡੀ ਵਕੀਲਾਂ ਦੀ ਟੀਮ ਨਹੀਂ ਆ ਰਹੀ। ਲਾਸਟ ਇੱਕ ਮਿੰਟ ਦਾ ਸਮਾਂ, ਅਸੀਂ ਭਿੰਡਰਾਂ ਨੂੰ ਜੇਤੂ ਕਰਾਰ ਦੇਣ ਜਾ ਰਹੇ ਹਾਂ। ਅੱਗੇ ਜਿਹੜੀ ਟੀਮ ਹੈ ਉਹ ਟੀਮ ਧਿਆਨ ਦੇਵੇ, ਬਾਬਾ ਨਾਮ ਸਿੰਘ ਕਲੱਬ ਇੰਦਗੜ੍ਹ ਵਰਸਿਜ ਰੋਡ ਤੇ, ਬਾਬਾ ਰਾਮ ਸਿੰਘ ਕਲੱਬ ਇੰਦਗੜ੍ਹ ਵਰਸਿਜ ਰੋਡ ਤੇ ਇਹ ਟੀਮ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੀ। ਇੱਕ ਮਿੰਟ ਦਾ ਸਮਾਂ ਹੈ, ਇੱਕ ਮਿੰਟ ਤੋਂ ਵੀ 40 ਸੈਕਿੰਡ ਰਹਿ ਗਏ ਨੇ। ਸੋ ਬੇਨਤੀ ਹੈ ਵਕੀਲਾਂ ਵਾਲਾ, 40 ਸੈਕਿੰਡ ਰਹਿ ਗਏ ਨੇ, 35 ਗਿਣਤੀ ਦੇ ਸਟੈਂਡ ਰਹਿ ਗਏ ਨੇ, 30 ਸੈਕਿੰਡ ਰਹਿ ਗਏ ਨੇ। ਮੇਰੇ ਵੀਰੋ ਜਲਦੀ ਤੋਂ ਜਲਦੀ ਦੱਸੋ, ਵਕੀਲਾਂ ਵਾਲੇ ਦੀ ਟੀਮ ਹਾਲੇ ਤੱਕ ਕਿਤੇ ਨਜ਼ਰ ਨਹੀਂ ਆ ਰਹੀ, ਕੋਈ ਰਿਸਪੌਂਸ ਨਹੀਂ ਦੇ ਰਹੇ। ਵਕੀਲਾਂ ਵਾਲਾ ਨਾਲ ਹੀ ਬਾਬਾ ਰਾਮ ਸਿੰਘ ਕਲੱਬ ਇੰਦਗੜ੍ਹ ਦੇ ਰੋਡ ਤੇ, ਜਲਦੀ ਤੋਂ ਜਲਦੀ ਮੇਰੇ ਵੀਰੋ ਇਹ ਟੀਮਾਂ ਧਿਆਨ ਦੇਣ। ਲਾ ਜੀ ਲਾਸਟ ਜਿਹੜਾ 5 ਸੈਕਿੰਡ ਦਾ ਸਮਾਂ ਵੀ ਉਹ ਵੀ ਖਤਮ ਹੋਣ ਜਾ ਰਿਹਾ ਹੈ। ਸੋ ਇਹਦੇ ਵਿੱਚ ਭਿੰਡਰ ਜਿਹੜੀ ਜੇਤੂ ਹੈ ਦੀ ਨੋਟ ਕਰਿਓ, ਭਿੰਡਰਾਂ ਦੀ ਟੀਮ ਜੇਤੂ ਹੈ ਬੱਬੂ ਨੋਟ ਕਰਿਓ। ਲਾ ਜੀ ਵਕੀਲਾਂ ਵਾਲ ਨਹੀਂ ਆਈ ਹੈ, ਚੌਲ ਲੈ ਜਾਓ ਕੰਨਿਆ। ਲਓ ਜੀ ਅਗਲਾ ਮੈਚ ਜਿਹੜਾ ਇੰਦਗੜ੍ਹ ਵਰਸਿਜ ਰੋਡ ਤੇ, ਨਾਲ ਹੀ ਬਾਬਾ ਭਗਵਾਨ ਦਾਸ ਕਲੱਬ ਲੰਡੇ ਤੇ ਜੋਗੇ ਵਾਲਾ ਵੀ। ਲਓ ਜੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਬਾਬਾ ਰਾਮ ਸਿੰਘ ਕਲੱਬ ਇੰਦਗੜ੍ਹ ਵਰਸਿਜ ਰੋਡੇ ਦੋਨਾਂ ਟੀਮਾਂ ਨੂੰ 2 ਮਿੰਟ ਦਾ ਸਮਾਂ, 2 ਮਿੰਟ ਦਾ ਸਮਾਂ। ਇੰਦਗੜ੍ਹ ਵਾਲੇ ਬਾਈ ਜੀ, ਇੰਦਗੜ੍ਹ ਵਾਲੇ ਧਿਆਨ ਦੇਣਾ, ਹੱਥ ਖੜਾ ਕਰੀ ਇੰਦਗੜ੍ਹ, ਇੰਦਗੜ੍ਹ ਆਉਂਦੀ ਹੈ ਜੀ ਹੱਥ ਖੜਾ ਕਰਦਾ। ਵਿਰੋਧੀ ਟੀਮ ਰੋਡੇ ਰੋਡਿਆਂ ਵਾਲੇ ਕਿਤੇ ਕੱਪੜੇ ਉਤਾਰ ਰਹੇ ਨੇ, ਹੱਥ ਖੜਾ ਕਰਿਓ ਬਾਈ ਜੀ ਦੇ ਗਰਾਊਂਡ ਦੇ ਸਾਹਮਣੇ ਨੇ ਰੋਡਿਆਂ ਵਾਲੇ। ਆ ਸਾਹਮਣੇ ਟੀਮ ਜਿਹੜੀ ਭੱਜੀ ਆ ਰਹੀ ਹੈ ਰੋਡੇ ਆ ਜੀ ਰੋਡੇ। ਲਓ ਜੀ ਦੋਨੇ ਟੀਮਾਂ ਆ ਗਈਆਂ ਨੇ ਮਿਹਰਬਾਨੀ। ਔਰ ਅਗਲਾ ਮੈਚ ਬਾਬਾ ਭਗਵਾਨ ਦਾਸ ਕਲੱਬ ਲੰਡੇ ਤੇ ਜੋਗੇ ਵਾਲਾ ਵੀ, ਇਹ ਟੀਮਾਂ ਦੋਨੇ ਕੱਪੜੇ ਉਤਾਰ ਲਏ ਨੇ ਲੰਡੇ ਤੇ ਜੋਗੇ ਵਾਲਾ ਵੀ। ਮੈਂ
ਫੈਕਟਰੀ ਦਾ ਟੀਮ ਜੇਤੂ ਕਿਹੜੀ ਲਿਖੀ ਜੇ ਚਲ ਕੋਈ ਨਹੀਂ ਹੋਗਾ ਤੂੰ ਨੰਬਰ ਆ ਤੂੰ ਸਾਹਮਣੇ ਜੋ ਗੋਪੀ ਰੁਪਿਆਂ ਵਾਲਾ ਮਸ਼ਹੂਰ ਖਿਡਾਰੀ ਹੈ, ਪ੍ਰਾਪਤ ਖਿਡਾਰੀ, ਤਜਰਬੇਦਾਰ ਖਿਡਾਰੀ ਹੈ। ਦੂਜੇ ਪਾਸੇ ਲਿਖਣਾ ਲੈ ਰਹੀ ਆ
ਨਾ ਯਾਰ ਅੱਜ ਤਾਂ ਬੱਸ ਚੋਂ ਅੱਜ ਤੇਰੇ ਨਾਲ ਸਿਰ ਮੱਥੇ ਤੇ ਕੋਈ ਮਾਪਿਆਂ ਦੀ ਪਜਾਵੇ ਤਾਂ ਮੰਨੀਏ
ਜਾਂ ਫੀਤਾ ਕਿ ਪਾਜੇ ਹਿੱਕ ਤੇ ਸੁਖਿਆ ਰਿਤ ਨਿਕਲ ਕੇ ਵਿਖਾਵੇਗਾ ਤਾਨ ਲੀਏ ਰਿਤ ਨਿਕਲ ਕੇ ਵਿਖਾਵੇ ਗੱਲ ਤਾਨ ਹੋਈਏ ਇਹਨੂੰ ਰਿਸ਼ਤਾਰ ਆਖਦੇ ਨੇ ਬਾਕੀ ਸੋਹਣਾ ਦਾ ਕਰੇਡਰ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਸਾਹਮਣੇ ਕੈਦਰ ਦੇ ਢੱਲੇ ਦੀ ਪਈ ਹੋਈ ਕਬਾੜੀ ਪਿਤਾ ਮਾਣ ਕਰਦਾ ਆਪਣੇ ਪੁੱਤਰ ਤੇ ਬਾਕੀ ਸੋਹਣੀ ਖੇਡ ਦਾ ਬਾਲਕ ਆਸ ਵਿੱਚ ਢੱਲਾ ਤੋਂ ਵੱਡੀ ਪਾਉਂਦਾ ਹੋਇਆ ਪਰ ਛੋਟੀ ਯੋਗਿਆ ਹੈ ਜੋਗੇ ਵਾਲਾ ਪੀ ਦਾ ਇੰਤਜ਼ਾਰ ਹੋ ਰਿਹਾ ਹੈ ਕਿਉਂਕਿ ਚੌਥੇ ਬੈਚ ਦੇ ਵਿੱਚ ਇਹ ਟੀਮਾਂ ਜਿਹੜੀਆਂ ਪਾਰ ਕਰੀਆਂ ਜਾ ਰਹੀਆਂ ਨੇ ਅਗਲੀ ਕਬੱਡੀ ਫਿਰ ਕਹਿੰਦੇ ਵੀ ਮੈਨੂੰ ਭਾਵੇ ਗਏ ਗੱਲਾਂ ਗੱਲਾਂ ਵਿੱਚ ਜਿਹੜੇ ਕਰਦੇ ਨੇ ਗਏ ਸੋਹਣੀਆਂ ਗੱਲਾਂ ਲਾਵੀ ਜਸਵੰਤ ਸਿੰਘ ਬਾਦਸ਼ਾਹ ਦਾ ਗੀਤ ਮਿੰਟ ਤੇ ਬੈਠਾ ਤੱਕ ਰਿਹਾ ਇਹਦੇ ਪੱਤੇ ਮਾਂ ਨੇ ਉਸ ਮਾਂ ਫਿਰ ਕਬੱਡੀ ਦੇ ਲਈ ਬਹੁਤ ਕੀਤੇ ਨੇ ਕਹਿ ਪੰਜਾਬ ਦੇ ਵੰਗ ਲਈ ਪੱਤੇ ਮਾਂ 25,000 ਨੇ ਗੱਲਾਂ ਕੀਤੀਆਂ ਨੇ ਸਾਹਮਣੇ ਪਹਿਲੀ ਹੋਈ ਕਬੱਡੀ ਮਿੰਟੂ ਆਖਦੇ ਨੇ ਵਾਹ ਬਹੁਤ ਸੋਹਣਾ ਕੁਆਟ ਮਿੰਟੂ ਕੇਂਦਰ ਦੀ ਟੀਮ ਦਾ ਬਿਹਤਰੀਨ ਜਵਾਈ ਆਪਣੀ ਟੀਮ ਦੇ ਲਈ ਇੱਕ ਅੰਕ ਵਾਧਾ ਕਰਦਾ ਹੈ ਨਾਲ ਹੀ ਕਹਿੰਦੇ ਨੇ ਵੀ ਭਗਵੰਤ ਸਿੰਘ ਸੇਖੋ ਹੈ ਹੀਰਾ ਸੇਖੋ ਯਾਰਾਂ ਦਾ ਯਾਰ ਔਰ ਜਸਵੰਤ ਬੰਦ ਬਣੇਗਾ ਸ਼ਹਿਰ ਬਾਕੀ ਵਧੀਆ ਸ਼ਹਿਰ ਦੇਖੋ ਕਹਿੰਦੇ ਨੇ ਵੀ ਨੋਟਾਂ ਤੋਂ ਮਹਿੰਗੀ ਟੀਮ ਥੋੜੀ ਜਿਹੀ ਜਾਨ ਤੇਰੇ ਤੋਂ ਵਾਰਾਂਗੀ ਇਹ ਹੈ ਪੱਪੇ ਨਾਲ ਬਗੀਚਾ ਪਰ ਰਸਪਾਲ ਕਹਿੰਦੇ ਨੇ ਬਹੁਤ ਸੋਹਣਾ ਕੁਆਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਕਹਿੰਦੇ ਗੱਲਾਂ ਕਰਦੀ ਨਹੀਂ ਯਾਰੋ ਮੇਰੇ ਭੱਤੀਆਂ ਅਸੀਂ ਉਹ ਵੀ ਅਜਮਾਏ ਹੋਏ ਨੇ ਗੱਲਾਂ ਕਰਦੇ ਨੇ ਯਾਰੋ ਮੇਰੇ ਭੱਤੀਆਂ ਅਸੀਂ ਉਹ ਵੀ ਅਜਮਾਏ ਹੋਏ ਨੇ ਕਈ ਯਾਰਾਂ ਨੂੰ ਧੋਖਾ ਦੇ ਦਿੰਦੇ ਅਸੀਂ ਦੁਸ਼ਮਣਾਂ ਨਾਲ ਵੀ ਵਾਅਦੇ ਨਿਭਾਏ ਹੋਏ ਨੇ ਕਾਫੀ ਖੇਡ ਵੀ ਸੁਖਿਆ ਦੇ ਬਸਾਤ ਕਰਦੇ ਉਹ ਵੀ ਅੱਜ ਬੋਲਾਂ ਦੇ ਖੇਡ ਮੇਲੇ ਤੇ ਆਏ ਹੋਏ ਨੇ ਦੇਖਣਾ ਵੀ ਬਾਬਾ ਦੱਸਾ ਲਾਵੇਗਾ ਜਾਂ ਗੱਗੇ ਨਾਲ ਗੋਪੀ ਦੱਸਾ ਲਾਵੇਗਾ ਇਹ ਗੁਰਮੁਖ ਸਿੰਘ ਵੀ ਆਇਆ ਦੱਸੇਗਾ ਵੀ ਕੁਆਟ ਲਿਆ ਘੱਟਦੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਬਹੁਤ ਸੋਹਣਾ ਕੁਆਟ ਘੱਟਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਗੱਲ ਵੀ ਕਰਦੀ ਹਾਂ ਸਭੋ ਨਾਲ ਨਾਲ ਗੱਲ ਸਭੋ ਦਾ ਵੀ ਨਾਲ ਨਾਲ ਸੁਣੋ ਉਹ ਲੱਗ ਸਕਦੇ ਸਾਰਾ ਇੱਕ ਦੂਜੇ ਦੀ ਗੱਲ ਕਰ ਪਿਛਲੇ ਸੀਜ਼ਨ ਦੀ ਗੱਲ ਕਰੀਏ ਪੱਤੀ ਖੇਡ ਮੇਲਿਆਂ ਦਾ ਬੈਸਟ ਜਾਫੀ ਜੋ ਹੈ ਜ਼ਰੂਰੀ ਉਹ ਅਬਰੂ ਜਗਨਪੁਰੇ ਵਾਲਾ ਹੈ ਮੋਟਰਸਾਈਕਲਾਂ ਦੇ ਨਾਲ ਬਾਹਰ ਸਰਕਾਰ ਹੈ ਅੱਜ ਤੋਂ ਗੱਡੀ ਦੇ ਨਾਲ ਬਾਹਰ ਫਰਮਾ ਬਲਿੰਦਰ ਸਿੰਘ ਜੀ ਸਿੱਧੂ ਸਾਹਿਬ ਦੇ ਪੱਟ ਗਏ ਵਿਅਕਤੀ ਦੇ ਮੇਲੇ ਦੇ ਦਿੱਤੇ ਅੱਜ ਸਾਹਮਣੇ ਕਹਿੰਦੇ ਨੇ ਵੀ ਜਿੰਦੂ ਖੁਦ ਕਬੱਡੀ ਪਾਰ ਚੱਲੇ ਆ ਮੱਥਾ ਟੇਕਦਾ ਹੋਇਆ ਜਿੱਥੇ ਮੈਨੂੰ ਕੇਂਦਰਗੜ੍ਹ ਵਾਲਾ ਬਗੀਚਾ ਬਹੁਤ ਜਾਫੀ ਦਿੰਦੇ ਸਨ ਹਰ
ਆਪਣੇ ਪੁੱਤਰ ਦੀ ਖੇਡ ਕੇ ਸੋਹਣੇ ਬਾਲ ਖੇਡੇ ਜਾ ਰਹੇ ਨੇ। ਨਾਲ ਹੀ ਸਾਡੇ ਵੀਰ ਬਲਦੇਵ ਸਿੰਘ ਕਾਰਾ ਸਰਪੰਚ ਬੈਠੇ ਵਾਲਾ 11,000 ਰੁਪਇਆ ਸਾਨੂੰ ਦਿੱਤਾ ਹੈ। ਬਲਵੀਰ ਸਿੰਘ ਸੇਖੋਂ 11,000 ਰੁਪਇਆ ਕਨੇਡਾ ਤੋਂ ਬੈਠੇ ਮੈਚ ਦੇਖ ਰਹੇ ਨੇ। ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਿਕੰਦਰ ਸਿੰਘ ਵੀ ਸੇਖੋਂ ਆਸਟ੍ਰੇਲੀਆ, ਸੁਖਮੰਦਰ ਸਿੰਘ ਵੀ ਸੇਖੋਂ, ਸਾਡੇ ਵੀਰ 11,000 ਰੁਪਇਆ ਇਹਨਾਂ ਨੇ ਦਿੱਤਾ ਹੈ। ਔਰ ਇਹਨਾਂ ਦਾ ਵੀਰ ਸਾਡਾ ਵੀਰ ਸਿਕੰਦਰ ਮਿੰਟ ਦੇ ਮੈਚ ਦੇਖ ਰਿਹਾ ਪੰਜਾਬ ਲਈ ਬੈਟਬਾਲ ਤੇ, ਮੈਂ ਮੁਬਾਰਕਬਾਦ ਦੇਵਾਂਗਾ ਇਸ ਖੇਡ ਮੇਲੇ ਦੀ। ਸੁਖਮੰਦਰ ਸਿੰਘ ਜੀ ਸੰਧੂ ਇੰਗਲੈਂਡ ਤੇ ਦਲਬਾਗ ਸਿੰਘ ਜੀ ਸੰਧੂ ਵਾਹਿਗੁਰੂ ਹੈ। ਇਹਨਾਂ ਵੱਲੋਂ ਵੀ 10,000 ਰੁਪਇਆ ਸਹਿਯੋਗ ਹੈ। ਅਮਰਦੀਪ ਸਿੰਘ ਟੰਗ ਗਾਇਕ ਨੇ ਆਸਟ੍ਰੇਲੀਆ 5,500 ਰੁਪਇਆ ਇਹਨਾਂ ਵੱਲੋਂ ਸੁਖਵਿੰਦਰ ਸੇਖੋਂ ਲਾ ਹੈ। ਗੁਰਵਿੰਦਰ ਸਿੰਘ ਸੇਖੋਂ ਤੇ ਸੁਖਵਿੰਦਰ ਸੇਖੋਂ 5,500 ਰੁਪਇਆ ਇਹਨਾਂ ਭਰਾਵਾਂ ਵੱਲੋਂ ਹੈ, ਧੰਨਵਾਦ ਹੈ। ਨਾਲ ਹੀ ਇੰਡਗੜ੍ਹ ਦੀ ਟੀਮ ਦੇ ਲਈ ਜੇਤੂ ਰਹੀ ਹੈ ਇਹਨਾਂ ਮੈਚਾਂ ਦੇ ਵਿੱਚ। ਅਗਲਾ ਜਿਹੜਾ ਮੈਚ ਲੈਂਦੇ ਤੇ ਜੋਗੇਵਾਲਾ ਮੇਰੇ ਵੱਲ ਨਹੀਂ ਆਈ। ਨਾਲ ਹੀ ਮੈਂ ਬੇਨਤੀ ਕਰਦਾ ਮਾਲਾ ਤੇ ਕਸੋ ਵਾਲਾ ਵੀ ਆ ਗਈ, ਮਾਲਾ ਵਰਸਨ ਕਸੋ ਵਾਲਾ ਵੀ ਦੀ ਟੀਮ ਦੇ ਲਈ ਧਿਆਨ ਦੇਵੇ। ਇਹ ਬਾਕੀ ਸੋਹਣਾ ਮੈਚ ਤੁਹਾਡੇ ਸਾਹਮਣੇ ਸ਼ੁਰੂ ਹੋ ਗਿਆ, ਮਾਲਾ ਵਰਸਨ ਕਸੋ ਵਾਲਾ ਵੀ। ਔਰ ਨਾਲ ਹੀ ਕਸੋ ਵਾਲਾ ਆ ਗਈ ਹੈ। ਰੁਪਇਆ ਗੁਰਵਿੰਦਰ ਸਿੰਘ ਜੀ ਬਾਦ ਫੌਜੀ ਕਰਾਏ ਵਾਲਾ ਪਿੰਡ 35 ਰੁਪਈਆ ਗੁਰਜਿੰਦਰ ਸਿੰਘ ਜੀ ਵਿਰਕ ਮਾਜੇ ਵਾਲਾ 33 ਵਾਲੀ ਸਕੋਰ ਵਾਲਾ 21 ਰੁਪਈਆ, ਸੁਖਵਿੰਦਰ ਸਿੰਘ ਜੀ ਛਿੰਦਾ ਮਾਜੇ ਵਾਲਾ 21 ਰੁਪਈਆ, ਗੁਰਜਿੰਦਰ ਸਿੰਘ ਬਾਦ ਫੌਜੀ ਵਾਲਾ
ਰੁਪਇਆ ਚੰਦਰਪਾਲ ਸਿੰਘ ਸੇਖੋ ਔਰ ਮਾਨਵੀਰ ਸੇਖੋ ਆਸਟ੍ਰੇਲੀਆ ਮੈਚ ਦੇ ਗਏ ਨੇ 2200 ਰੁਪਇਆ। ਬੂਟਾ ਸਿੰਘ ਭੁੱਲਰ 1100 ਰੁਪਇਆ। ਹਰਜਿੰਦਰ ਸਿੰਘ ਬਾਦੇਵਾਲ 1100 ਰੁਪਇਆ ਜਿਹੜਾ ਸ਼ੁਰੂ ਹੋ ਗਿਆ। ਸੋ ਮੈਚਾਂ ਵਾਲੇ ਬਾਅਦ ਜਿਹੜੇ ਤੁਹਾਡੇ ਸਾਹਮਣੇ ਸ਼ੁਰੂ ਹੋਏ ਨੇ ਸੋਹਣਾ ਮੁਕਾਬਲਾ ਬਾਬਾ ਭਗਵਾਨ ਦਾਸ ਕਨਕ ਮੰਡੀ ਲੰਡਿਆਂ ਦੀ ਜਿਹੜੀ ਟੀਮ ਹੈ ਲਾਡੀ ਸਰਪੰਚ ਦਾਨੇਵਾਲ 1100 ਰੁਪਇਆ। ਨਿਸ਼ਾਨ ਸਿੰਘ ਰਾਈ ਦਾਨੇਵਾਲ ਤੋਂ 1100 ਰੁਪਇਆ। ਬਲਦੇਵ ਸਿੰਘ ਦਾਨੇਵਾਲ ਪ੍ਰਧਾਨ ਗੁਰਪੈ ਜ਼ਿਲ੍ਹੇ ਨੇ 1100 ਰੁਪਇਆ। ਸਤਵਿੰਦਰ ਸਿੰਘ ਦੀ ਸੰਧੂ ਸਿੰਘਾਪੁਰ 1100 ਰੁਪਇਆ। ਇਕਬਾਲ ਸਿੰਘ ਦੀ ਤੰਗ ਦੁਬਈ ਤੋਂ ਨੇ, ਮੈਚ ਵੀ ਦੇਖ ਰਹੇ ਨੇ 1100 ਰੁਪਇਆ। ਬਲਜਿੰਦਰ ਸਿੰਘ ਤੰਗ ਸਿੰਘਾਪੁਰ 1100 ਰੁਪਇਆ। ਗੁਰਵਿੰਦਰ ਸਿੰਘ ਤੰਗ ਸਾਡੇ ਸਿੰਘਾਪੁਰ ਤੋਂ 1100 ਰੁਪਇਆ। ਗੁਰਦੀਪ ਸਿੰਘ ਦੀਪੂ ਬੀਟ ਪ੍ਰਧਾਨ ਸੈਫਰੀ 1100 ਰੁਪਇਆ। ਜਸਵੀਰ ਸਿੰਘ ਦੀ ਤੰਗ ਸ਼ੀਰਾ 1100 ਰੁਪਇਆ। ਸਤਿੰਦਰ ਸਿੰਘ ਸੱਤਾ 1100 ਰੁਪਇਆ। ਜਗਵੇਦ ਸਿੰਘ ਧਾਲੀਵਾਲ ਝੰਡਾ ਬੰਦਾ 1100 ਰੁਪਇਆ। ਕਾਬਲ ਸਿੰਘ ਮਾਜੇਵਾਲਾ 1100 ਰੁਪਇਆ। ਕਾਬਲ ਸਿੰਘ ਮਾਜੇਵਾਲਾ 1100 ਰੁਪਇਆ। ਔਰ ਕਾਬਲ ਸਿੰਘ ਮਾਜੇਵਾਲਾ 1100 ਰੁਪਇਆ। ਕਾਬਲ ਸਿੰਘ ਸੰਧੂ ASI 1100 ਰੁਪਇਆ। ਨਸੀਬ ਸਿੰਘ ਨੰਬਰਦਾਰ 1100 ਰੁਪਇਆ। ਅਸੀਂ ਇਹਨਾਂ ਸੱਜਣਾ ਦੇ ਤਹਿਤ ਨੂੰ ਭਾਗਵਾ ਵਾਲੇ ਮੁਬਾਰਕ ਸਿੰਘ ਦੀ ਟੰਗ 1100 ਰੁਪਇਆ। ਦਵਿੰਦਰ ਸਿੰਘ ਦੀ 1100 ਰੁਪਇਆ। ਔਰ ਨਾਲ ਹੀ ਅਸੀਂ ਧਨਵਾਦੀ ਹਾਂ ਦਵਿੰਦਰ ਸੇਖੋ ਜੀ, ਉਹਨਾਂ ਵੱਲੋਂ ਵੀ 1100 ਰੁਪਇਆ। ਨਾਲ ਜਗਤਾਰ ਸਿੰਘ ਦੀ ਟੰਗ ਮਹਿਬਾ ਪੰਚਾਇਤ 1100 ਰੁਪਇਆ ਭੇਜ ਰਹੇ ਨੇ। ਅਰਵਿੰਦਰ ਸਿੰਘ ਦੀ ਟੰਗ 1100 ਰੁਪਇਆ। ਗੁਰਦੀਪ ਸਿੰਘ ਦੀ ਖੱਬਾ ਕਿਰਾਏ ਵਾਲਾ 1100। ਵਿਰਾਸ ਸਿੰਘ ਦੀ ਟੰਗ 1100। ਬਲਦੇਵ ਸਿੰਘ ਦੀ ਟੰਗ 1100। ਸਾਡੇ ਹਾਜ਼ਰ ਨਾਜ਼ਰ ਸਾਬਕਾ ਸਰਪੰਚ ਨਿਰਮਲ ਸਿੰਘ ਦੀ ਝੰਡਾ ਬੰਦਾ ਬਹੁਤ ਹੀ ਮਹਾਨ ਸ਼ਖਸੀਅਤ ਹੈ। ਹਰ ਖੇਡ ਮੇਲੇ ਤੇ ਮਾਂ ਪਿੰਡ ਕਬੱਡੀ ਦੇ ਪਹੁੰਚਦੇ ਨੇ। ਕਿਸੇ ਵੀ ਪਿੰਡ ਮੇਲਾ ਹੋਵੇ ਹੱਥ ਹੱਥ ਸਹਿਯੋਗ ਦਿੰਦੇ ਨੇ। ਮਾਂ ਪਹਿਲ ਨੂੰ ਸ਼ੁਕਰਗੁਜ਼ਾਰ ਹਾਂ ਨਿਰਮਲ ਸਿੰਘ ਦੀ ਸਾਬਕਾ ਸਰਪੰਚ ਝੰਡਾ ਬੰਦਾ 1100 ਰੁਪਇਆ ਉਹਨਾਂ ਵੱਲੋਂ ਹੈ। ਔਰ ਸਾਡੇ ਬਲਦੇਵ ਸਿੰਘ ਦੀ ਪਰਿਵਾਰ ਜਿਹੜੇ ਗੋਬੇ ਦੇ ਨਾਲ ਜਾਣਦੇ ਉਹਨਾਂ ਵੱਲੋਂ ਵੀ ਵੱਡਾ ਯੋਗਦਾਨ ਹੈ। ਲਾਜੀ ਸਾਹਿਬ ਨੇ ਪੈਂਦੀ ਹੋਈ ਕਬੱਡੀ ਇਹਨੂੰ ਬੜਾ ਹੱਕ ਦੇ ਨੇ ਲੈਂਦਿਆ ਹੋਇਆ ਥੋੜਾ ਬਾਅਦ ਪੰਜਾਬੀ ਤੋਂ ਇਸ ਮੇਲੇ ਦੀ ਕਵਰ ਦੇ ਲਈ 5 ਨਵੰਬਰ ਨੂੰ
ਸਾਢੇ 9 ਵਜੇ ਰਾਤ ਨੂੰ ਇਹ ਖੇਡ ਮੇਲੇ ਦੀਆਂ ਧਰਤੀਆਂ ਦੇਖਣ ਨੂੰ ਮਿਲਣਗੀਆਂ ਡੀਡੀ ਪੰਜਾਬੀ ਤੇ ਧਿਆਨ ਦੇਣਾ। ਨਾਲ ਜੀ ਗੁਰਬਾਨ ਸਾਹਿਬ ਦਾ ਵੀਰ ਕਹਿੰਦਾ ਵੀ ਲੰਡੇ ਦੀ ਟੀਮ ਬਾਬਾ ਭਗਵਾਨ ਦਾਸ ਕਰ ਪੈਂਦੇ ਨੋਟ ਕਰੇ ਜੀ, ਬਲੇ ਸਿੰਘ ਜੀ ਨਰਮਾ ਸਿੰਘ ਜੀ ਨੋਟ ਕਰੇ ਜੀ, ਇਹਦੇ ਵਿੱਚ ਬਾਬਾ ਭਗਵਾਨ ਦਾਸ ਕਰ ਲੰਡੇ ਦੀ ਵੀ ਜਿੱਤੂ ਰਹੀ ਹੈ। ਅਗਲੀਆਂ ਗੇਮਾਂ ਬੈਠਦੇ ਅੱਜ ਦੀ ਅਗਲੀਆਂ ਟੀਮਾਂ ਮਾਤਾ ਬਰਸੇ ਦੱਸੋ ਜੀ ਅਗਲੇ ਮੁਕਾਬਲੇ ਦੇ ਲਈ ਚੰਦ ਬਾਜਾ ਤੇ ਚੰਦੜ, ਚੰਦ ਬਾਜਾ ਤੇ ਚੰਦੜ ਇਹਨਾਂ ਤੋਂ ਕਿਹੜੀ ਟੀਮ ਬੈਠੀ ਹੈ ਜੀ? ਚੰਦ ਬਾਜਾ ਚੰਦੜ ਲੈ ਜੀ ਬਲਕਾਰਨ ਸਾਡਾ ਵੀਰ ਸੋਹਣੀ ਖੇਡ ਦਾ ਬਾਲਕ ਪਰਸੋਂ ਆਇਆ ਲਾਜੀ ਪਰਸੋਂ ਵਾਲੇ ਪਰਸੋਂ ਵਾਲੀਆਂ ਬਲਕਾਰਨ ਦੇ ਜਿਹੜੀ ਕੋਸ਼ਿਸ਼ ਕਰਦਾ ਹੋਇਆ ਹਸਨ ਖੇਡ ਮੁਤਾਬਿਕ ਚਾਹੋ ਲਿਖਿਆ ਵਿੱਚ ਗੁਰਬਾਣੀ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਗਾਣੀ ਨਾ ਕਰੇ ਅੜੀਆਂ ਯਾਰ ਤੂੰ ਨਾ ਕਰੇ ਅੜੀਆਂ ਨਾਲ ਗਾਣੀ ਮਿੱਤਰਾਂ ਦੀ ਹੈ ਮੱਥਾ ਟੇਕ ਦਿੱਤਾ ਅੱਲਾ ਤਾਲਾ ਨੂੰ ਯਾਦ ਕੀਤਾ ਸੋਹਣੀ ਖੇਡ ਦਾ ਪ੍ਰਦਰਸ਼ਨ ਹੋ ਗਿਆ ਤੇ ਰੀਤਾ ਖੋਸਿਆ ਵੱਲ ਗੁਰਮੁਖ ਸੋਢੀ ਵਾਲੀ ਹੈ ਪਰ ਤੁਹਾਡਾ ਜਿਹੜਾ ਰੀਤਰ ਦੇ ਜੂਸੇ ਦੇ ਵਿੱਚ ਜੁੜਦਾ ਹੋਇਆ ਹੱਟ ਕਬੱਡੀ ਯਾਰਾਂ ਦੀ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਦੇਖਣਾ ਵੀ ਸਮਾਂ ਕਹਿੰਦੇ ਵੀ ਲੰਡਿਆਂ ਦੀ ਟੀਮ ਬਹੁਤ ਹੀ ਵਧੀਆ ਟੀਮ ਹੈ ਅੱਜ ਕਿਤੇ ਮੰਨ ਲਈਆਂ ਗੱਲਾਂ ਨੇ ਔਰ ਅੱਗੇ ਲੰਡਿਆਂ ਵਾਲੇ ਖੇਡ ਕੇ ਗਏ ਨੇ ਇਹ ਮੰਨ ਹੈ ਇੱਥੋਂ ਦਾ ਕਹਿੰਦੇ ਨੇ ਵੀ ਤਾਲ ਵਾਲੇ ਹੋਏ ਅੱਜ ਲੱਖਾ ਸਾਹਮਣੇ ਮੱਥਾ ਟੇਕ ਕੇ ਲੱਗੇ ਲੰਮੇ ਨਾਲ ਲੱਖਾ ਤੇ ਸਸਤੇ ਦਾ ਸਰੂਰ ਮਾਂਗੇ ਵਾਲਾ ਲੱਖਾ ਕੌਡੀ ਤੇ ਮਸ਼ਹੂਰ ਹੈ ਮੇਰੇ ਜੀ ਨੂੰ ਕੱਟ ਪਾਵੇ ਨਿਕਲ ਗਏ ਬਹੁਤ ਸੋਹਣੀ ਖੇਡ ਖੇਡ ਹੈ ਇਹ ਲੱਖਾ ਇਸ ਵਕਤ ਕਬੱਡੀ ਪਾਉਂਦਾ ਹੋਇਆ ਜੋ ਮੱਥਾ ਲਾ ਕੇ ਬਾਅਦ ਜਿਹੜੇ ਦੂਜੇ ਰਾਊਂਡ ਦੇ ਵਿੱਚ ਕਹਿੰਦੇ ਨੇ ਵੀ ਬਣ ਜਾ ਰਹੇ ਨੇ ਔਰ ਦੂਜੇ ਪਾਸੇ 60 ਵਜੇ ਸਰੀਰ ਦੇ ਵਿੱਚ ਵਾਹ ਕਹਿੰਦੇ ਕਿਸੇ ਦੀ ਗਰੀਬੀ ਦਾ ਮਜ਼ਾਕ ਜੋ ਉਡਾਉਂਦਾ ਹੈ ਪਤਾ ਲੱਗੇ ਉਦੋਂ ਤੱਕ ਮਾਰਾ ਵਕਤ ਆਪਣੇ ਤੇ ਆਉਂਦਾ ਹੈ ਇੰਦਰਿਆ ਬੜਾ ਪਛਤਾਵੇ ਕੀਤੇ ਵੇਲੇ ਦਾ ਯਾਦ ਕਰਕੇ ਮਲੀਆ ਰੋਂਦੇ ਦੇਖੇ ਰੋਂਦੇ ਦੇਖੇ ਮੱਥੇ ਉੱਤੇ ਹੱਥ ਧਰ ਕੇ ਮਲੀਆ ਰੋਂਦੇ ਦੇਖੇ ਇੱਧਰ ਕਹਿੰਦੇ ਨੇ ਵੀ ਇੱਕ ਨੰਬਰ ਤੋਂ ਸ਼ਾਨਦਾਰ ਕੈਂਚੀ ਲਾ ਦਿੱਤੀ ਹੈ ਰਾਹ ਜੀ ਮਿੱਤਰਾ ਸਿੰਘ ਦੀ ਕਿੰਗ ਦੀ ਪਈ ਹੋਈ ਕਬੱਡੀ ਹੈ ਹਰ ਇੱਕ ਜਸਵੰਤ ਬਲ ਮਲੀਲਾ ਦੇ ਵਿੱਚ ਬੈਠਾ ਹੈ ਨਾਲ ਭਗਵੰਤ ਸਿੰਘ ਹੋ ਹੀਰਾ ਮਲੀਲਾ ਸਾਹਿਬਾ ਵੀ ਬਾਹਰ ਟੇਕ ਰਹੇ ਨੇ ਜਿਹਨਾਂ ਨੇ ਬਾਬੇ ਬਾਹਰ ਇਸ ਖੇਡ ਮੇਲੇ ਦੇ ਲਈ ਲਾਈਵ ਟੈਲੀਕਾਸਟ ਕਰਵਾ ਰਹੇ ਨੇ ਕਿ ਪਹਿਲੀ ਵਾਰ ਕੱਲ੍ਹ ਨੂੰ ਕਹਿੰਦੇ ਨੇ ਵੀ ਭਾਈ ਅਮਰ ਜੀ
ਗਈ ਹੈ। ਬਹੁਤ ਸੋਹਣਾ ਪ੍ਰੋਗਰਾਮ ਦੇਖਣ ਯੋਗ ਹੋ ਗਿਆ। ਮਾਸਾਂ ਦੀ ਜਗ੍ਹਾ ਮਾਤਾ ਮਸਤ ਸ਼ਾਹ ਜੀ ਦੀ ਜਗ੍ਹਾ ਤੇ ਕੈਡਮੀ ਭਾਈ ਅਮਰਜੀਤ ਨੇ ਕੱਲ ਨੂੰ ਰੰਗਾਰੰਗ ਪ੍ਰੋਗਰਾਮ ਦਾ ਜਿਹੜਾ ਪ੍ਰਦਰਸ਼ਨ ਕਰਨਾ ਹੈ, ਆਹ ਸੋਹਣੇ ਮਾਤਾ ਦੀ ਗੱਲ ਹੋਵੇਗੀ। ਨਾਲ ਹੀ ਰਵਿੰਦਰ ਬਿੱਲ ਆਪਾਂ ਜਿਹੜਾ ਕੱਲ ਨੂੰ ਵੀ ਨਾਲ ਲੱਗਣਾ ਪਹਿਲੀ ਵਾਰ ਜਿਹੜਾ ਆਪਾਂ ਕਰਨਾ ਹੈ ਭਾਈ ਅਮਰਜੀਤ ਦਾ, ਨਾ ਜੀ ਸਾਹਮਣੇ ਮੱਥਾ ਟੇਕਦਾ ਹੋਇਆ ਚੱਲ ਵੀ ਗੋਰਿਆ ਸੋਹਿਆ ਅੱਜ ਸੂਰਜ ਦਾਤ ਦਿਖਾ। ਕਹਿੰਦੇ ਕਦੇ ਹੀਰੋ ਹੁੰਦੇ ਕਦੇ ਮਹਿੰਗੇ ਬੋਲਟ ਕਦੇ ਗੱਡੀਆਂ, ਸੀਮਾ ਚੌੜਾ ਹੋ ਗਏ ਮਾਂ ਬਾਪ ਦਾ ਜਿਨ੍ਹਾਂ ਨੇ ਪੁੱਤ ਖੇਡਦੇ ਕਬੱਡੀਆਂ, ਦੇ ਦਰਿਆ ਪ੍ਰਮੋਟਰਾਂ ਨੇ ਜਿਹੜੇ ਬਾਹਰ ਅੰਗੇ ਪਹੁੰਚਾਉਂਦੇ ਨੇ, ਕਨੇਡਾ ਤੇ ਇਟਲੀ ਦੁਬਈ ਜੱਟਾਂ ਦੇ ਪੁੱਤ ਖੇਡ ਕੇ ਆਉਂਦੇ ਨੇ, ਕਨੇਡਾ ਯੂਕੇ ਇਟਲੀ ਦੁਬਈ ਜੱਟਾਂ ਦੇ ਪੁੱਤ ਖੇਡ ਕੇ ਆਉਂਦੇ ਨੇ। ਲੱਖਾਂ ਵਾਂਦਰ ਡੋਲ ਵਾਸੀ ਬਾਲਾ ਖੁਰਦੂ, ਵਾਂਦਰ ਡੋਲ ਵਾਸੀ ਬਾਲਾ ਖੁਰਦੂ, ਚੱਕ ਬਾਬੇ ਦੀ ਟੀਮ ਨੂੰ ਚੱਕੇ ਬਾਜਦਾ ਪੈਣਾ। ਨਾ ਹੀ ਮੇਰੀ ਬੇਨਤੀ ਹੈ, ਮੇਰੇ ਖਿਆਲ ਵੀ ਚੱਕ ਬਾਬਾ ਮੇਰੇ ਖਿਆਲ ਨਹੀਂ ਆ ਰਿਹਾ ਹੈ ਕਿਉਂਕਿ ਵਾਸੀ ਸਾਹਿਬ ਹੈ, ਪਰ ਫਿਰ ਵੀ ਅਸੀਂ ਚੱਕੇ ਮੈਚ ਦਾ ਸਮਾਂ ਜਿਹੜਾ ਦੇਵਾਂਗੇ। ਉਸ ਤੋਂ ਅੱਗੇ ਮਾਲਾ ਖੁਦ ਤੇ ਬਾਂਡ ਡੋਲ, ਮਾਲਾ ਖੁਦ ਤੇ ਬਾਂਡ ਡੋਲ ਇਹ ਟੀਮਾਂ ਜਿਹੜੀਆਂ ਰਾਤ ਦੇ ਵਿੱਚ ਪਹੁੰਚੇ ਦੋ। ਨਾ ਹੀ ਗੋਲ ਵਕੀਲਾਂ ਵਾਲਾ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਨੇ
ਸਾਹਮਣੇ ਚਾਰ ਖਿਡਾਰੀ ਖੇਡਣਗੇ, ਸਮਾਂ ਦੁਨੀਆ ਦਾ ਮਹਾਨ ਖਿਡਾਰੀ ਕਹਿਣਗੇ। ਇਸ ਸੀਜ਼ਨ ਦੀ ਗੱਲ ਕਰੀਏ ਤੇ ਪਿਛਲੇ ਤਿੰਨ ਸੀਜ਼ਨਾਂ ਦੀ ਗੱਲ ਕਰੀਏ, ਸ਼ਮੇ ਦਾ ਤਾਂ ਕਹਿੰਦੇ ਨੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ, ਸ਼ਮਾ ਮਾਝੇ ਦਾ ਨਾਲ ਕਹਿੰਦੇ ਨੇ ਬੋਲੀ ਦਾ ਜ਼ਿਕਰ ਹੁੰਦਾ, ਤਾਂ ਦਾ ਜ਼ਿਕਰ ਹੁੰਦਾ ਹੈ, ਇਹ ਹੈ ਸ਼ਮਾ। ਵਾਹ ਸਜਣਾ, ਬਹੁਤ ਹੀ ਸੋਹਣਾ ਪੁਆਇੰਟ ਜਿਹੜਾ ਅਕੈਡਮੀਆਂ ਦਾ ਬਾਕਸ ਹੈ, ਆਪਣੀ ਟੀਮ ਨੂੰ ਵੀ ਇੱਕ ਅੰਕ ਬਦਲਿਆ ਵਾਧਾ ਕਰਦਾ ਹੀ ਹੈ। ਅੱਗੇ ਕਬੱਡੀ ਕਹਿੰਦੇ ਨੇ ਵੀ ਲੱਖਾਂ ਫਿਰ ਪਾਰ ਦੇ ਲਈ ਵਾਧਾ ਹੀ ਹੈ। ਸੋਹਣੀ ਖੇਡ ਦਾ ਪ੍ਰਦਰਸ਼ਨ ਅੱਜ ਪਿੰਡ ਬਾਦਲੀਆਂ ਰਾਮਾਂ ਦੇ ਵਿੱਚ ਹੋ ਰਿਹਾ ਹੈ। ਕਹਿੰਦੇ ਇਸ਼ਕ ਕਰਵਾਉਣਾ, ਕੰਨ ਪੜਵਾਉਣਾ, ਸਾਫ ਅਪਣਾਉਣਾ, ਜਿਹੜੇ ਖਾਣੇ ਦੇ ਵਾਸਦਾ ਨੇ ਬੋਲ ਪਕਾਉਣਾ, ਗੱਲ ਪਚਾਉਣਾ, ਯਾਰੀ ਨਿਭਾਉਣਾ, ਇਹ ਜਣੇ ਖਣੇ ਦੇ ਵਾਸਦਾ ਨਹੀਂ, ਰੇਡਰ ਬਣ ਕੇ ਜੱਫਾ, ਰੇਡਰ ਬਣ ਕੇ ਕੁਆਤ ਲਿਆਉਣਾ, ਜਾਫੀ ਬਣ ਕੇ ਜੱਫਾ ਲੈਣਾ, ਇਹ ਜਣੇ ਖਣੇ ਦੇ ਵਾਸਦਾ ਨਹੀਂ। ਬਥੇਰੇ ਕਹਿੰਦੇ ਨੇ ਵੀ ਜੇ ਬਾਹਰ ਹੋਗਾ ਕੱਢ ਕੇ ਲਾ ਗਿਆ, ਕਰਨਾ ਬੜਾ ਕੁਛ ਬਣਾਇਆ, ਨਾ ਵੀ ਸਾਹਿਬ ਕੀਤਾ, ਤਾਰੀ ਕੀਤੀ, ਗੁਰੂ ਜੀ ਅੱਲਾ ਤਾਰਾ ਨੂੰ ਯਾਦ ਕੀਤਾ। ਇੱਧਰ ਬਲਕਾਰ ਨੂੰ ਉਹਨਾਂ ਨੂੰ ਵਿਗਾੜਦਾ ਹੈ ਵੀ ਤੁਹਾਡੀਆਂ ਬਾਹਾਂ ਦੇ ਵਿੱਚ ਕਿੰਨਾ ਕੁ ਕੰਮ ਹੈ, ਮੈਂ ਵੀ ਮਿਹਨਤ ਲਾ ਕੇ ਆਇਆ, ਮੈਂ ਵੀ ਦਿਨ ਰਾਤ ਇੱਕ ਕੀਤਾ, ਕੋਚ ਦੀਆਂ ਮਾਰਾਂ ਖਾਧੀਆਂ ਨੇ, ਇੱਧਰ ਸਮੇਂ ਦੇ ਨਾਲ ਹੱਥ ਗੋਲੀਆਂ ਭਰੀਆਂ ਤਗੜਾ ਹੈ। ਵਾਹ, ਕਹਿੰਦੇ ਨੇ ਵੀ ਢਾ ਕੇ ਬਹਿ ਜੇ ਵਿਕ ਤੇ ਰਿਕਰ ਨਿਕਲ ਕੇ ਦਿਖਾ ਦੀ ਗੱਲ ਤਾਂ ਹੋਈਏ। ਇਹਨਾਂ ਮੈਚਾਂ ਦੇ ਵਿੱਚ ਬਾਹਲੇ ਦੀ ਟੀਮ ਜਿਹੜੀ ਵੀ ਜੇਤੂ ਹੋਈ ਹੈ, ਧਿਆਨ ਦੇਣਾ ਤੁਸੀਂ ਕਰੀ ਹੋਈ
ਵਾਪਸ ਨਹੀਂ ਹੋਵੇਗੀ ਇਹ ਨੋਟ ਕਰ ਲਓ ਜੀ ਕਿਉਂਕਿ ਐਂਟਰੀ ਫੀਸ ਵੀ ਵਾਪਸ ਨਹੀਂ ਹੋਵੇਗੀ ਤੁਹਾਡਾ ਬਾਕੀ ਸੋਹਣੇ ਗੇਟ ਦੇ ਮਾਲਕ ਆ ਦੂਜੇ ਪਾਸੇ ਜਿਹੜੀ ਟੀਮ ਹੈ ਉਹ ਸੈਂਕੜਾ ਕੁੜੀ ਕਲੱਬ ਵੱਲ ਹੈ ਸੋ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਹੋ ਰਿਹਾ ਦੇਖਣ ਦੇ ਬਗੈਰ ਇੱਕ ਯਾਦਗਾਰੀ ਖੇਡ ਮੇਲਾ ਬਣਦਾ ਜਾ ਰਿਹਾ ਅੱਜ ਦਾ ਇਹ ਖੇਡ ਮੇਲਾ ਲਾਜੀ ਮੁਕਾਬਲਾ ਜਿਹੜਾ ਚਾਲੂ ਕੀਤਾ ਜਾ ਰਿਹਾ ਮੁਕਾਬਲਾ ਸ਼ੁਰੂ ਹੋ ਜਾ ਰਿਹਾ ਮਨਦੀਪ ਇੱਕ ਮਿੰਟ ਆਈ ਮਨਦੀਪ ਸ਼ਾਂਤਰਾਪੁਰੀ ਕਲੱਬ ਮਾਧੋ ਦੀ ਜਿਹੜੀ ਟੀਮ ਹੈ ਇਸ ਵਕਤ ਇੱਧਰ ਕ੍ਰਿਕਟ ਵਾਲੇ ਧਿਆਨ ਕੇਂਦਰ ਕੁਰਤੇ ਪਜਾਮੇ ਦੇ ਵਿੱਚ ਮੇਲੀ ਦਸਤਾਰ ਹੁੰਦੀ ਹੈ ਜੀਤਾ ਆ ਜਿਹੜੇ ਭਿੜਦੇ ਨੇ ਕਹਿੰਦੇ ਵੀ ਮਾਧੋ ਵਾਲਾ ਹੈ ਅਮਰਤਾ ਹੈ ਖੁਸ਼ਿਆਂ ਵਾਲਾ ਵਾਹ ਸਜਣਾ ਜਿਹਨੂੰ ਪੂਰੀ ਦੁਨੀਆਂ ਆ ਰਹੀ ਹੈ
ਇਹਦਾ ਕਹਿੰਦੇ ਨੇ ਮੇਜਰ ਬਰਾੜ ਦੇ ਸੱਦੇ ਤੇ ਕਹਿੰਦੇ ਨੇ ਬਰਾੜਾਂ ਦੇ ਵਿੱਚ ਵੈਨਕੂਵਰ ਦੇ ਵਿੱਚ ਸੋਹਣੀ ਕਬੱਡੀ ਖੇਡੇ ਹੈ। ਸੋ ਅਗਲੀ ਮੈਚ ਜਿਹੜੀ ਜੁੱਤੀ ਦਾ ਕਰਮਾ ਸਿੰਘ ਦੀ ਪ੍ਰਧਾਨਤਾ ਹੈ ਪ੍ਰਧਾਨ ਸਾਹਿਬ ਅਗਲੀ ਮੈਚਾਂ ਦੀ ਮੈਚ ਗਾਡੀ ਤੋਂ ਪਹਿਲਾਂ ਦੱਸੀ ਜਾਵੇ। ਠੀਕ ਹੈ ਠੀਕ ਹੈ ਵਾਧੂ ਭਾਜੀ ਮੇਰੇ ਸਾਥੀ ਕਬੱਡੀ ਨੇ ਜੋੜਿਆ ਵਧੀਆ ਦਾਜ ਵਿੱਚ ਸੋਹਣੀ ਕਮੈਂਟਰੀ ਦੇ ਦਰਸ਼ਕ ਨੇ ਪੂਰਾ ਆਨੰਦ ਮਾਰਿਆ। ਲਓ ਸੁਨੇਹਾ ਦੀ ਧਰਤੀ ਦੇ ਸੋਹਣਾ ਕਬੱਡੀ ਆ ਰਿਹਾ ਮੈਦਾਨ ਵਿੱਚ ਭਾਰਤੀ ਕਿਸੇ ਦਾ ਨੌਜਵਾਨ ਲਓ ਸਾਹਮਣੇ ਚਾਰ ਹਾਫੀ ਨੇ ਇੱਕ ਪਾਸੇ ਕਹਿੰਦੇ ਆ ਮੰਨ ਪਿੰਡ ਬੋਲਣੀ ਆ ਲਓ ਸਾਹਮਣੇ ਦੂਸਰੇ ਪਾਸੇ ਨੌਜਵਾਨ ਨੇ ਖੁਸ਼ਕ ਭਰੀ ਹੋਈ ਮੈਦਾਨ ਵਿੱਚ ਲਓ ਲੱਗਦਾ ਹੋਇਆ ਦੇਖਾ ਕਿ ਟੀਵੀ ਇੱਕ ਅਖਬਾਰਾਂ ਵਿੱਚ ਨਾਮ ਬੋਲਦਾ ਇੱਕ ਪਿੰਡ ਖਾਸ ਥਾਂ ਬੋਲਦਾ ਕੀ ਦੇਖਾ ਪੋਟਾ ਜਿਹੜਾ ਪਿੰਡ ਜੋਧਿਆ ਕਹਿੰਦੇ ਕਿਹੜੇ ਗੋਤ ਮਹਾਰ ਦਾ ਪੁੱਤ ਦੇ ਨਮਾਜ਼ ਦੀ ਕਬੱਡੀ ਖੇਡਦੇ ਆਹ ਉਸ ਤੋਂ ਹੋ ਜੀ ਸਾਰੀ ਖਾਰਦਾਰ ਦਾ ਲੋਕਜੀਤ ਸਿੰਘ ਅਗਲੀ ਕਬੱਡੀ ਪਾਉਂਦਾ ਹੋਇਆ ਇੱਕ ਬਾਰ ਸਰੀ ਧਾਪੀ ਦਾ ਲਓ ਸਾਹਮਣੇ ਚਾਰ ਜਾਪੀ ਆ ਨਾਢਾ ਵਕੀਲਾਂ ਵਾਲੇ ਪਿੰਡਾਂ ਦੁਨੀਆਂ ਦਾ ਮਹਾਨ ਜਾਪੀ ਆ ਪਰ ਜੱਫਾ ਨਹੀਂ ਲਾ ਸਕਿਆ ਪੁਆਇੰਟ ਹਿੱਟ ਤੇ ਹਿੱਸ ਜਿਹੜਾ ਹੋਇਆ ਮੈਨੂੰ ਆਦਮੀ ਯਾਦ ਹੈ ਕਨੇਡਾ ਖੇਡੇ ਨੌਜਵਾਨ ਕਰਪਾਲ ਸਿੰਘ ਦੀ ਟੀਮ ਵੱਲੋਂ ਮੇਜਰ ਭੂਤ ਦੀ ਟੀਮ ਵੱਲੋਂ ਅੰਮ੍ਰਿਤ ਹੈ ਖੋਸਾ ਕੋਲੇ ਟੀਮ ਵਾਲਾ ਪੰਜ ਸੋਹਣੇ ਗੋਲ ਬੋਲੇ ਮਹੀਂ ਖੋਸਾ ਕੋਲੇ ਜੀ ਉਹਦਾ ਲਓ ਸੋਹਣਾ ਭਾਗੋ ਦੀ ਬਾਰਾ ਬਾਰ ਵਿੱਚ ਮੇਰੇ ਪੈ ਖੋਸਾ ਕੋਲੇ ਪਿੰਡ ਵਾਲਾ ਕਨੇਡਾ ਖੇਡੇ ਬੱਲੇ ਬੱਲੇ ਕਰਵਾਈ ਨੌਜਵਾਨ ਨੇ ਲਓ ਸਾਹਮਣੇ ਜਗ੍ਹਾ ਨੌਜਵਾਨ ਧੂੜ ਟੁੱਟ ਗਿਆ ਅਗਲੀ ਰੇਟ ਪਾ ਹੋਇਆ ਮਕਾਨ ਵਿੱਚ ਲਓ ਸਾਹਮਣੇ ਚਾਰ ਹਾਫੀ ਆ ਕੌਣ ਦੇਖਾ ਲਾਵੇਗਾ ਵਕੀਲਾਂ ਵਾਲੇ ਪਿੰਡ ਦਾ ਕਿਹੜਾ ਨੌਜਵਾਨ ਬੱਲੇ ਬੱਲੇ ਕਰਵਾਵੇਗਾ ਲਓ ਸਾਹਮਣੇ ਮੁਕਾਬਲਾ ਚੱਲਦਾ ਹੋਇਆ ਦੋਵਾਂ ਟੀਮਾਂ ਦੇ ਵਿਚਕਾਰ ਤੇ ਪੁਆਇੰਟ ਨੌਜਵਾਨ ਜਗ੍ਹਾ ਧੂੜ ਟੁੱਟ ਗਿਆ ਆਪਣੀ ਟੀਮ ਦੇ ਇਸ ਗੋਲ ਦਾ ਹੋਇਆ ਚੱਲ ਵੀ ਸੋਨਾ ਸਿਆ ਪਰ ਅੱਗੇ ਦੇ ਮੈਦਾਨ ਵਿੱਚ ਲਓ ਸਾਹਮਣੇ ਨੌਜਵਾਨ ਸੋਨਾ ਕਬੱਡੀ ਪਾ ਰਿਹਾ ਮੈਦਾਨ ਵਿੱਚ ਇੱਕ ਸੋਨੀ ਰਹਿਤਾ ਇੱਕ ਆਹ ਨੌਜਵਾਨ ਲਓ ਸਾਹਮਣੇ ਚਾਰ ਹਾਫੀ ਨੇ ਇੱਕ ਪਾਸ ਸੇਮਾ ਮਾਰ ਕੇ ਦੇ ਭੋਲੀ ਲੱਗੇ ਮਹਾਨ ਚਾਰ ਹਾਫੀ ਆ ਕੌਣ ਕਿੱਥੇ ਲਾਵੇਗਾ ਸੋਨੀ ਰੇਟ ਪਾਉਂਦਾ ਕਹਿੰਦੇ ਸ਼ੂਜ਼ ਕਦੇ ਭੋਲੀ ਤੁਹਾਨੂੰ ਕਹਿੰਦੇ ਇੱਥੇ ਲਾਉਣਾ ਪਿਆ ਮਾਲੇ ਵਾਲਾ ਭੋਲੀ ਤੁਹਾਨੂੰ ਕਹਿੰਦੇ ਇੱਥੇ ਲਾਉਂਦਾ ਮਾਲੇ ਵਾਲਾ ਭੋਲੀ ਲਓ ਸਾਹਮਣੇ ਨੌਜਵਾਨ ਸੁਣਨ ਦਾ ਤਾਂ ਵਜਾ ਹਾਫੀ ਆ ਲਓ ਸਾਹਮਣੇ ਕਿਹੜੇ ਦਬਾਅ ਵਿੱਚ ਆਪਣੀ ਟੀਮ ਦੇ ਹਿੱਸੇ ਲੱਖਾਂ ਰੁਪਏ ਜੋੜਦਾ ਹੋਇਆ ਤਜੀਬ ਸਿੰਘ ਅਗਲੀ ਰੇਟ ਪਾ ਹੋਇਆ ਮੈਦਾਨ ਵਿੱਚ ਧੂਰਾ ਪੱਟੀ ਜਾਂਦੇ ਆ ਜਿਹਨੇ ਦੁੱਧ ਮਾਵਾਂ ਦਾ ਪੀਤਾ ਲੋਕ ਫੜ ਦੇ ਸੱਚੇ ਨਹੀਂ ਲੱਖਾਂ ਖੁੱਲਾ ਦੇ ਕੇ ਜੀਤਾ ਤਜੀਬ ਸਿੰਘ ਕਬੱਡੀ ਪਾ ਹੋਇਆ ਮੈਦਾਨ ਵਿੱਚ ਦੂਸਰੇ ਪਾਸੇ ਨੌਜਵਾਨ ਲਓ ਖੁਦ ਘਰ ਦੀ ਪੂਰੀ ਤਿਆਰੀ ਕਰਦਾ ਹੋਇਆ ਤੇ ਪੁਆਇੰਟ ਰੇਟਰ ਦੇ ਹਿੱਸੇ ਜੋੜਦਾ ਹੋਇਆ ਲਓ ਨੌਜਵਾਨ ਅਜੀ ਰੇਟ ਵੱਧ ਕੇ ਕੰਮ ਹੋਇਆ ਮੇਰੇ ਪੈ ਖੋਸੇ ਕੋਟਲੇ ਪਿੰਡ ਵਾਲਾ ਬਾਬੇ ਫਤਿਹ ਸਿੰਘ ਦੀ ਨਗਰੀ ਆ ਖੋਸਾ ਕੋਟਲਾ ਪਿੰਡ ਆਏ ਸਾਲ ਕਬੱਡੀ ਦਾ ਮਾਮਾ ਕਦੋਂ ਕਰਵਾਉਂਦੇ ਨੇ ਵੀਰ ਲਓ ਸਾਹਮਣੇ ਵੱਧ ਕੇ ਬੋਲਿਆ ਹੋਇਆ ਬਾਬਾ ਕਿ ਬਾਪੂ ਆਪਣੇ ਖੇਡ ਪੁੱਤਰ ਸ਼ੇਰ ਪਾ ਕੇ ਦਿਖਾ ਕੇ ਹੁਣ ਚੋਟੀ ਦਾ ਪਲੇਅਰ ਪਾ ਕੇ ਰਿਸ਼ਤੇਦਾਰ ਯਾਰ ਬੋਲੀ ਮਾਰ ਕਰਦੇ ਗੁਣ ਬਿਨਾ ਕੋਈ ਨਹੀਂ ਕਿਸੇ ਨੂੰ ਜਾਣਦਾ ਪੁੱਤ ਦੇ ਨਾਲ ਆਪਣੇ ਕਬੱਡੀ ਖੇਡਦੇ ਨਾ ਉਸ ਹੋ ਗਏ ਸਾਰੇ ਖਾਨ ਜਾਣਦਾ ਪੀਰ ਬਾਬਾ ਬਾਦਸ਼ਾਹ ਦੀ ਯਾਦ ਵਿੱਚ ਚੱਲਦਾ ਹੋਇਆ ਅੱਜ ਦਾ ਕਬੱਡੀ ਟੂਰਨਾਮੈਂਟ ਲਓ ਸਾਹਮਣੇ ਖੇਡ ਮੈਦਾਨ ਵਿੱਚ ਨੌਜਵਾਨ ਜੱਗਾ ਧੂਣ ਕੋਲ ਪਿੰਡ ਵਾਲਾ ਅਗਲੀ ਰੇਟ ਪਾ ਹੋਇਆ ਮੈਦਾਨ ਵਿੱਚ ਫਰੀਦ ਬੋਲਦਾ ਰਹਿੰਦਾ ਲਓ ਸਾਹਮਣੇ ਬੋਲਿਆ ਹੈ ਤਮਾਮ ਮੈਦਾਨ ਵਿੱਚ ਕਿ ਫਰੀਦ ਦਾ ਖਾਕਰ ਨਿਕਲੇ ਠਾਕੁਰ ਜੀ ਦੇ ਕੋਲੇ ਜੀ ਦਾ ਪੈਰ ਥੱਲੇ ਕਿ ਮੋਹ ਆਪਰ ਹੋਏ ਨਾਲ ਹੋ ਗਿਆ ਹਲੋ ਦੂਸਰੇ ਨਾਮ ਦਾ ਪਹਿਲਾ ਮੈਂ ਦੇ ਸੁਭਾਅ ਦੇ ਕੁੰਡਰ ਜੀ
कपड़े पहन के ग्राउंड में प्रवेश करना। सुबह 8 बजे का दूसरे टीम का अगला मैच। सुबह 8 बजे पिंडर दूसरे ओवर का पहला मैच खेले जाने मैदान में। किसी को आते पिंडर की टीम में विचार दोनों टीम रेडी होकर मैदान की दोनों पिंडर के सर्वाधिक टीम दोनों टीमों ने बेनती है दोनों टीम मैदान में खोजन चल भी नौकर तरदीप सिंह पार भी रेड ना सामने तरदीप को बड़ी पार है मैदान में सामने चार हाथी ने ना सामने नौजर वाइट में बड़े बाल होया कि आता है सवाल पंजाब में कौडी लेके के जल को धावी रेड पाता मत्था टेक के लग जाए जफा पंजाबी कहते नच मित्रों कौडी फिर पंजाबी मां एक गल सोलह ने सच मित्रों तरदीप सिंह बाबा ने लख जा पाया टीम के हाथ जोड़ता होया चल छेना पर अगली रेड ना सामने नौजवान सोना अगली का हाथ पाता होया मैदान में साढ़े रोहित सिंह ਦੀਵੀ ਦੀ ਆਦੀ ਵਾਲੇ ਉਹ ਵੀ ਅੱਜ ਨੇ ਹਸੀਰ ਬਾਦਲ ਕੈਚ ਕਰਦੇ ਹੋਏ ਫਿਰ ਮੈਦਾਨ ਵਿੱਚ ਉੱਧਰ ਪੰਜਾਬ ਲਾਈ ਬੰਦ ਔਰ ਕੋਲ ਗਿਰ ਗਏ ਪੂਰੀ ਦੁਨੀਆ ਵਿੱਚ ਲਾਈ ਟੈਨ ਦੀ ਕਾਟ ਕੀਤੇ ਜਾ ਰਿਹਾ ਆ ਕਹਿੰਦੇ ਸੇਨਾ ਦੁਨੀਆ ਦਾ ਤਾਪ ਹੋ ਜਾਂਦੀ ਆ ਕੈਨੇਡਾ ਵੀ ਖੇਡਿਆ ਬੱਲੇ ਸਾਰਾ ਲੱਗਾ ਹੋਇਆ ਜੋਰ ਮੈਦਾਨ ਵਿੱਚ ਆਵਾਜ਼ ਹਰ ਕੇ ਜਾਣਾ ਬਾਦ ਹੋਣਾ ਕਿ ਉਹ ਤਸਵੀਰ ਦਾ ਸੁੱਤਿਆ ਤੇਰੀ ਦਾੜੀ ਆ ਦੂਰ ਅੱਗਾ ਰਹਿ ਗਏ ਨੇੜੇ ਤੇ ਪਿੱਛਾ ਰਹਿ ਗਏ ਦੂਰ ਕੋਲ ਕਦਮ ਸੇਨਾ ਆਪਣੀ ਟੀਮ ਦੇ ਹਿੱਸ ਜੋੜਦਾ ਹੋਇਆ ਤਾਰਗਾ ਦੂਰ ਮਾਰ ਕੇ ਬਾਜ਼ੀ ਨੂੰ ਦੱਸਿਆ ਹੈ ਕਿ ਮੈਦਾਨ ਵਿੱਚ ਤਾਰਗਾ ਦੂਰ ਮਾਰ ਕਰੋ ਲਓ ਸਾਹਮਣੇ ਨੌਜਵਾਨ ਅਗਲੀ ਵੇਰ ਜਦੋਂ ਪਾਰ ਹੋਇਆ ਜਦੋਂ ਜਮੇ ਤੇ ਮੇਨ ਵਧਾਇਆ ਤੇ ਵਾਟਾ ਹੋ ਕੇ ਬੰਦ ਖੇਡਦਾ ਲਓ ਸਾਹਮਣੇ ਮੈਦਾਨ ਵਿੱਚ ਚਾਰ ਹਾਥੀ ਨੇ ਕੌਣ ਕਿੱਥੇ ਲਾਗੇ ਬੱਲੇ ਕੋਲ ਕਰਵਾਏਗਾ ਹਰ ਗੁਲ ਗੁਲ ਹੈ ਇਸਕੀ ਜੇ ਗੁਲਸਤਾਨ ਹਮਾਰਾ ਸਾਰੇ ਜਾਂ ਸੇ ਅੱਛਾ ਜੇ ਹਿੰਦੁਸਤਾਨ ਹਮਾਰਾ ਸਾਰੇ ਜਾਂ ਸੇ ਅੱਛਾ ਜੇ ਹਿੰਦੁਸਤਾਨ ਹਮਾਰਾ ਲਓ ਪੁਆਇੰਟ ਗੁਰਪ੍ਰੀਤ ਸੋਢੀ ਸਿੰਘ ਵਾਲੀ ਵਾਰ ਦਾ ਕੀ ਪੁਆਇੰਟ ਧਾਰੀ ਦੇ ਇਸ ਜੁੜਦਾ ਹੋਇਆ ਮੈਦਾਨ ਵਿੱਚ ਲਓ ਸਾਹਮਣੇ ਗਾਇਲ ਤੇ ਸ਼ੇਰ ਦਹਾੜਾ ਮਾਰਦਾ ਲਓ ਸਾਹਮਣੇ ਗਾਇਲ ਦੇ ਪਾਏ ਸੀਗ ਅਗਲੀ ਕਬੱਡੀ ਮਾਰਦਾ ਹੋਇਆ ਦੂਸਰੇ ਪਾਸੇ ਕਹਿੰਦੇ ਮਾਰਦੇ ਕਰਨਾ ਭੁੱਲੀ ਹੈ ਅੱਜ ਉਹਦੇ ਖੇਡ ਪ੍ਰਮੋਟਰ ਜਗਰਾਜ ਮਾਰਦੇ ਦਾ ਬੀਟਾ ਕਹਿੰਦੇ ਕੈਨੇਡਾ ਵਿੱਚ ਪੱਕੇ ਰਹਿਣ ਜ਼ਰੂਰੀ ਨੇ ਲਓ ਪਰ ਜਫਾ ਦਾ ਸੀਗਾ ਜੀ ਪੁਆਇੰਟ ਹੇਡ ਤੇ ਇਸ ਜੁੜਦਾ ਹੋਇਆ ਜੀਤਾ ਖੋਸਾ ਪਾਣੀ ਪੀੜਾ ਫੈਸਲਾ ਕਰਦਾ ਮੈਦਾਨ ਵਿੱਚ ਕੀ ਪੁੱਤ ਧਾਵੀ ਦੇ ਹਿੱਸ ਜੁੜਦਾ ਹੋਇਆ ਲਓ ਕਦੀਰ ਸਿੰਘ ਅਗਲੀ ਰੇਡ ਪਾਉਂਦਾ ਹੋਇਆ ਕਹਿੰਦੇ ਕਿਸੇ ਨੇ ਨਹੀਂ ਸੀ ਖਾਬ ਆਇਆ ਪਰ ਇੱਕ ਬਾਡੀ ਦੀ ਸਮੁੰਦਰੋ ਪਾਰ ਕਰ ਦੂ ਪਿੰਡ ਪਿੰਡ ਗੂਗਲ ਦੇ ਗੀਤੇ ਦੇ ਹਰ ਪਾਸੇ ਐਸੀ ਬਹਾਰ ਬਣ ਦੂ ਹਰ ਵਿੱਚ ਕਰੋੜਾਂ ਦੇ ਗੁੱਲ ਪਾਉ ਪੰਜਾਬ ਦੀ ਐਸੀ ਸਰਕਾਰ ਬਣ ਦੂ ਕਦੇ ਸੋਚਿਆ ਨਹੀਂ ਸੀ ਕਿ ਹਾਰ ਜਾਇਆ ਕਬੱਡੀ ਟੀਮ ਕਹਿਣ ਦਾ ਸ਼ਿੰਗਾਰ ਬਣ ਦੂ ਕਬੱਡੀ ਟੀਮ ਕਹਿਣ ਦਾ ਸ਼ਿੰਗਾਰ ਬਣ ਦੂ ਮੈਕੋ ਦੂ ਹਾਂ ਮੇਰੇ ਜੀ ਦੂਸਰੇ ਨਾਮ ਦਾ ਪਹਿਲਾ ਨਾਮ ਇੱਕ ਭਰਾ ਵਾਸਤੇ ਢੰਡਰ ਟੋਲੇ ਵਾਲਾ ਇਹ ਪਾਪਾ ਭਗਵਾਨ ਦਾ ਸਾਹਿਬ ਕੰਡੇ ਵਾਂਡਾ ਢੋਲ ਤੇ ਕੰਦਰ ਕੋਟਾ ਦੇ ਵਾਲਾ ਟੀਮ ਵਾਸਤੇ ਬਾਬਾ ਮੋਤੀ ਰਾਮ ਕੌਰ ਗੱਭਰਾ ਰਾਮ ਲਾਭ ਕਪੂਰੇ ਵਾਸਤੇ ਮਾਲਾ ਵਾਲਾ ਨਾਪੋ ਟੋਲੀਆ ਵਾਸਤੇ ਸੁਸ਼ਕ ਮੋਕੇ ਵਾਲਾ ਇਹ ਵਾਸਤੇ ਫਰੈਂਡ ਕਲੱਬ ਜੀਰਾ ਚੀਤ ਬਾਬਾ ਦੀਪਕ ਕਲੱਬ ਕੋਟਾ ਦੇ ਵਾਲਾ ਇਹਨਾਂ ਤੋਂ ਜੇਤੂ ਤੇ ਐਤਵਾਰ ਫਰੈਂਡ ਹੈਲੋ ਚਾਹੇ ਮੈਚ ਵਿੱਚ ਸ਼ਾਂਤਰਾ ਪੂਰੀ ਕਲਾਬ ਮਾਲਕ ਪੁਆਇੰਟ ਨੇ 11 ਪੁਆਇੰਟ ਵਕੀਲਾ ਵਾਲੇ ਦੇ ਪੁਆਇੰਟ ਨੇ ਸਾਡੇ 5 ਪੁਆਇੰਟ ਨੋਟ ਕਰ ਸਾਡੇ ਵੀਰ ਬਵੇਰ ਸਿੰਘ ਨੋਟ ਕੀਤਾ ਜਾਵੇ ਸ਼ਾਂਤਰਾ ਪੂਰੀ ਕਲਾਬ ਮਾਲਕ ਕਰਨੇ ਵੀ ਜੇਤੂ ਕੱਟ ਲੈ ਕੀਤੋ ਨਾਲ ਸਾਡੇ ਰਵਿੰਦਰ ਸਿੰਘ ਜੀ ਗਿੱਲ ਟੀਵੀਪੀਆਪੀ ਵਾਲੇ ਉਹ ਅੱਜ ਇਹਨਾਂ ਦੇ ਜ਼ੀਰ ਪੁਆਇੰਟ ਕੱਟ ਕਰਦੇ ਨਾਲ ਸਾਡੇ ਵੀਰ ਜਿਵੇਂ ਅਵਤਾਰ ਸਿੰਘ ਜੀ ਨੰਦਪੁਰੀ ਉਹਨਾਂ ਵਿੱਚੋਂ ਆਉਣ ਦੇ ਵੀਰ
ਭਾਈ ਬੈਠ ਜਾ ਲੋ ਚਾਰ ਪੰਜ ਦਿਨ ਗਿਆ ਸੀ ਮੈਂ ਗਿਆ ਸੀ ਦੁਕਾਨ ਤੇ ਹੀ ਨਹੀਂ ਬਾਈ ਬੈਠ ਜਾ ਲੋ ਜਿਲੇ ਕਰਕੇ ਉਹ ਫਿਰ ਦੁਬਾਰਾ ਹੋ ਗਈ।
ਮੈਨੂੰ ਭੇਜ ਤੂੰ ਮੈਂ ਤੇ ਬਾਬਾ ਫਰਕ ਬਣਾ ਦੇ ਬਣਾ ਦੇ ਤਿਆਰ ਬਾਪੂ ਵਰਗੇ ਸੋਨੇ ਵਰਗੇ ਮਹਾਨ ਖਿਡਾਰੀ ਡੁੱਬਦੇ ਆ ਰਵਨੇ ਵਰਗੇ ਗੋਲ ਬਾਬਾ ਛੂਰੀ ਧਰਤੀ ਦਾ ਜੋ ਹਰ ਕੋਈ ਨਿਸ਼ਾਨਾ ਉਹਨਾਂ ਮਹਾਨ ਖਿਡਾਰੀ ਬਾਬਾ ਹੋਣ ਦੇ ਬਾਅਦ ਇੱਕ ਭੇਡ ਦੇ ਸਰਾਪ ਦਾ ਮੈਚ ਜਾਇਆ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਵਿੱਚ ਦੋਨੋਂ ਟੀਮਾਂ ਦਾ
ਲਓ ਸਾਹਮਣੇ ਪਹਿਲੀ ਰੇਡ ਨਿਕਲ ਰਹੀ ਹੈ ਕੇਂਦਰਾ ਪਾਰੇ ਮੈਦਾਨ ਵਿੱਚ। ਦੂਸਰੇ ਪਾਸੇ ਸਭਰਾਵਾਂ ਦੀ ਧਰਤੀ ਨੇ ਚਾਰ ਹਾਫੀ ਨੇ ਇੱਕ ਪਾਸੇ ਕਹਿ ਰਹੇ ਕਹਿੰਦੇ ਕਨੇਡਾ ਵੀ ਖੇਡਿਆ ਹੁਣ ਕਹਿੰਦੇ ਗੱਲ ਸਾਹਮਣੇ ਹੋ ਜਾਵੇਗੀ ਕਹਿੰਦੇ ਕੌਮ ਪੰਜਾਬੀ ਆ। ਲਓ ਸਾਹਮਣੇ ਬੋਲਿਆ ਹੈ ਧਾਰਾ ਖੇਡ ਮੈਦਾਨ ਵਿੱਚ ਲੋ ਕਹਿੰਦੇ ਪੈ ਕੇ ਮਾਗਣਾ ਪਰ ਆਪਣੇ ਆਪ ਨੂੰ ਥੋੜ੍ਹੇ ਜਿਹਾ ਕੋਰਸ ਕਰਵਾਉਣਾ ਹੈ ਕਹਿੰਦੇ ਤਿਆਰੀ ਹਰ ਹੈ। ਲਓ ਸਾਹਮਣੇ ਸਭਰਾਵਾਂ ਟਿਕ ਗਿਆ ਰਾਜੂ ਛੋਟੇ ਬਗੀਚੇ ਕਹਿੰਦੇ ਪਿਆਰ ਦੇ ਨਾਲ ਨਾਲ ਸਾਹਮਣੇ ਸੋਨਾ ਕਬੱਡੀ ਪਾਇਆ ਵੀ ਅਭੀ ਜੋ ਕੋਈ ਮਵਾ ਵਿੱਚ ਕੋਈ ਮਾਰ ਕੱਢ ਕੇ ਖਾਧੀਆਂ ਮਾਰ ਰਹੀਆਂ ਨੇ ਆਗੇ ਗੱਭਰੂ ਹੋ ਕੇ ਤਿਆਰ ਲਿਆਓ ਫਾਪੀ ਮਾਰ ਕੇ ਧਾਵੀ ਨੇ ਰੇਡ ਪਾਤੀ ਮੂਹਰੇ ਖੜੇ ਨੇ ਜਾਪੀ ਤਿਆਰ ਲਿਆਓ ਕਹਿੰਦੇ ਮਿਸ਼ਰੀ ਦੇ ਕੋਲ ਆਵਾਜ਼ ਨਿਕਲੀ ਜਿਹੜੇ ਜਾਂਦੇ ਨੇ ਬਾਗ ਦਾ ਯਾਦ ਕਰੋ ਆਹ ਵਾਲੀ ਕਰ ਮਿਸ਼ਰੀ ਜਾਪਣੀ ਜਾਂ ਕੁੱਤੇ ਹਰਜੀਤ ਪ੍ਰਾਣ ਜਾਓ ਉਸ ਮਹਾਨ ਖਿਡਾਰੀ ਨੂੰ ਆਪਾਂ ਯਾਦ ਕਰਦੇ ਬਾਗ ਦੀ ਧਰਤੀ ਦੇ। ਲਓ ਸਾਹਮਣੇ ਨੌਜਵਾਨ ਅਗਲੀ ਰੇਡ ਸਭਰ ਆਹ ਵੀ ਧਰਤੀ ਦੇ ਗੋਪੀ ਪਾਇਆ ਇੱਕ ਫਰਦਾ ਹੋਣੀ ਧਰਤੀ ਦਾ ਇੱਕ ਆਹ ਨਗਰ ਗੋਪੀ ਮਾਝੀ ਦੀ ਧਰਤੀ ਦਾ ਮਾਝੇ ਵਾਲਾ ਨੌਜਵਾਨ ਅਗਲੇ ਕਬੱਡੀ ਪਾਉਂਦਾ ਹੋਇਆ ਮਤਲਬ ਨਹੀਂ ਕੌਡੀਆਂ ਪਾਉਂਦੇ ਮਾਝੀ ਇੱਥੇ ਲਾਉਂਦੇ ਚਾਰੇ ਪਾਸੇ ਠੀਕ ਨਹੀਂ ਜਾਓ ਮੁੰਡੇ ਦਬਾ ਪਾਏ ਆ ਕੌਡੀ ਬਾਉਂਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਆ ਕੌਡੀ ਬਾਉਂਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਕੈਮਰੇ ਫੋਕਸ ਨੇ ਲਓ ਸਾਹਮਣੇ ਫੜਿਆ ਗੁੱਟ ਫੜਿਆ ਗੁੱਟ ਵਾਹ ਵਾਹ ਨੌਜਵਾਨਾਂ ਬੰਦੇ ਹਰ ਇੱਕ ਜਾਣਾ ਪੁਆਇੰਟ ਹੈ ਸੁਭਾਨ ਵਾਲਾ ਗੋਪੀ ਆਪਣੀ ਟੀਮ ਦੇ ਇਸ ਗੋਲ ਦਾ ਹੋਇਆ ਆਹ ਨੌਜਵਾਨ ਦੇ ਆਪਣਾ ਸਕਾਲ ਹੈ ਕਬੱਡੀ ਮਾਰ ਦਾ ਲਓ ਸਾਹਮਣੇ ਨੌਜਵਾਨ ਦੇ ਨਾਲ ਦੇ ਤੋਂ ਕਿਹੜੇ ਸਕਾਲ ਦਾ ਕਟਾਇਆ ਤਾਰਾ ਪੁਆਇਆ ਨੌਜਵਾਨੀ ਲਓ ਸਿੱਧਾ ਵਿੱਚ ਅਗਲੀ ਕਬੱਡੀ ਮਾਰ ਹੋਇਆ ਮੈਦਾਨ ਵਿੱਚ ਦੂਸਰੇ ਪਾਸੇ ਗਗਨ ਸਿੰਘ ਆਹ ਵਾਲਾ ਲਓ ਸਾਹਮਣੇ ਜੱਫਾ ਰਾਜੀ ਪੂਰੀ ਤਿਆਰੀ ਕਰਦਾ ਹੋਇਆ ਤੇ ਨਿੱਕਾ ਰੱਜੀ ਵਾਲੀ ਟੀਮ ਦਾ ਲੱਖ ਦਾ ਮਾਰ ਆਪਣੀ ਟੀਮ ਦੇ ਸੱਤ ਜੋੜਦਾ ਹੋਇਆ ਪੁਆਇੰਟ ਭਿੱਖਾ ਦੀ ਟੀਮ ਦੇ ਇਸ ਜੋੜਦਾ ਹੋਇਆ ਖੁੱਲੇ ਖੁੱਲੇ ਕਰਦੇ ਰਹਿਣਾ ਕਨੇਡਾ ਦੇ ਵੀਰੇ ਕਾਲੇ ਖਾਣੇ ਦੇ ਲਿਖਦੇ ਉਹਨਾਂ ਦੇ ਬਾਬਰ ਪੀਰੇ ਨਸ਼ਿਆਂ ਤੋਂ ਰਹਿ ਕਰਦੇ ਸਰੀਰ ਦੀ ਕੇਰ ਮਾਲਕਾ ਮਾਂ ਖੁੱਲੇ ਕਬਾਬੀ ਉੱਤੇ ਰੱਖੀ ਮੇਰ ਮਾਲਕਾ ਕਤੀ ਵਾਹਣ ਲੱਗੇ ਆ ਕੌਣ ਲੈ ਸਾਹਮਣੇ ਬਾਬੂ ਨੌਜਵਾਨ ਲੈ ਸਾਹਮਣੇ ਮੂਹਰ ਅੜ ਕੇ ਹੌਸਲਾ ਕਰਕੇ ਉਤਰਿਆ ਸਾਰ ਸਿੰਘਾਂ ਤੋਂ ਕੁੱਕੇ ਜੱਫਾ ਲਾਈ ਜਾਂਦੇ ਆ ਕਹਿੰਦੇ ਕੋਈ ਸਾਇਨ ਆਪੇ ਜੀਵ ਦਾ ਢੰਗ ਸਫਾਈ ਜਾਂਦੇ ਵਾਹ ਬਾਬੇ ਨੌਜਵਾਨ ਨੌਜਵਾਨ ਦੀ ਬਾਬਰੀ ਕ੍ਰਾਸ ਕਰਦੀ ਆ ਜਿਵੇਂ ਸ਼ਰਾਬੀ ਦੇ ਭੋਗ ਵਾਲੇ ਤਰ੍ਹਾਂ ਵੜਦੇ ਆ ਇਸੇ ਤਰ੍ਹਾਂ ਗੱਲ ਕਰਦੀ ਮੈਂ ਬਾਹਰ ਵਿੱਚ ਨੌਜਵਾਨੀ ਦਿੱਲੀ ਨੌਜਵਾਨ ਜੱਫਾ ਪਾ ਦਿੱਤਾ ਲਓ ਸਾਹਮਣੇ ਸੋਨਾ ਅਗਲੇ ਕਦਮ ਵਾਲਾ ਹੋਇਆ ਕਮਾਲ ਦਿੱਤਾ ਲਓ ਸਾਹਮਣੇ ਚਾਰ ਹਾਥੀ ਨੇ ਕੌਣ ਜੱਫਾ ਲਾਵੇਗਾ ਲੱਖ ਦਾ ਵੀ ਭੁੱਖ ਦੇ ਕੇ ਗੁੰਦੇ ਹੋਏ ਸੁਣੀਆਂ ਨੂੰ ਕਿਉਂ ਵੀ ਹੈ ਜੱਟ ਪੈਰ ਆਣ ਕੇ ਉੱਠੀਆਂ ਨੂੰ ਵੇਟ ਬਾਅਦ ਜਗੜੇ ਵਿੱਚ ਜਾ ਕੇ ਤੇ ਹੋਰ ਮਜ਼ਬੂਤ ਹੋ ਗਿਆ ਲੱਖ ਹੇਤਾ ਫਰਾਕਾ ਖਾਲ ਖੁੱਲ ਗਿਆ ਤੇ ਮਾਰਦੇ ਨੇ ਬੜਾ ਵੱਡ ਗਿਆ ਪੁਆਇੰਟ ਰੇਟਰ ਤੇ ਹਿੱਸ ਗੁਰਦਾ ਹੋਇਆ ਚੜ੍ਹਦੀ ਗੋਪੀ ਸਿਆ ਪਾਰ ਆਉਂਦੇ ਦੇ ਬੌਂਡੇ ਦਾ ਇਹ ਇਹਦੀ ਟੀਮ ਮੈਦਾਨ ਵਿੱਚ ਪੁੱਜਦੀ ਦਾ ਹੱਥ ਲੱਗੇ ਬੌਂਡੇ ਦਾ ਇਹ ਇਹਦੀ ਟੀਮ ਪੁੱਜਦੀ ਦਾ ਹੱਥ ਲੱਗਾ ਮੇਰੀ ਬੌਂਡੇ ਦੇ ਇਹਦੀ ਟੀਮ ਬੇਨਤੀ ਆ ਬਹੁਤ ਬਹੁਤ ਮਾਰਬੀਰ ਹੈ ਲਓ ਸਾਹਮਣੇ ਨੌਜਵਾਨ ਗੋਪੀ ਕਾਲੀ ਆ ਰਿਹਾ ਦੂਸਰੇ ਪਾਸੇ ਨੌਜਵਾਨ ਭਿੱਡਿਆਂ ਵਾਲਾ ਕਾਗੇ ਸਿੱਖ ਕੇ ਬਹਿ ਗਿਆ ਪਰਨਾ ਹੋ ਗਿਆ ਪਰਨਾ ਲੱਗਾ ਹੋਇਆ ਚੋਰ
ਤੇ ਸੰਤੀ ਦੇ ਕਬਾਡੀ ਫਿਰ ਵੀ ਪੰਦਰ ਸਰੀਰ ਨੂੰ ਭੱਜ ਕੇ ਟੋਕਣਾ ਤੇ ਲੱਗ ਜਾਂਦੀ ਪੂਰੀ ਜਾਨ ਮਿੱਤਰੋ ਅਜਿਹਾ ਸੌਖਾ ਨਹੀਂ ਹੁੰਦਾ ਭਾਗ ਨਹੀਂ ਰੋਕਣਾ ਲੱਗ ਜਾਂਦੀ ਪੂਰੀ ਜਾਨ ਮਿੱਤਰੋ ਅਜਿਹਾ ਸੌਖਾ ਨਹੀਂ ਹੁੰਦਾ ਭਾਗ ਨਹੀਂ ਰੋਕਣਾ ਕੋਈ ਢਿੱਡਾਂ ਦੀ ਟੀਮ ਦੇ ਫੱਕ ਦੁਰਦ ਹੋਇਆ ਨਿਕਲ ਕਿੱਦਾ ਅਗਲੇ ਬਾਰੇ ਕੋਲ ਹੋਇਆ ਦੋਨੋਂ ਟੀਮਾਂ ਵੀਰਤੀ ਜਲਦੀ ਅੱਗੇ ਵੈਟਲੇ ਪਾਉਂਦੇ ਹਨ ਇਹ ਨੰਦੇ ਬਾਬਾ ਦਾ ਵਾਟਰ ਸਕਲਾਪ ਵਾਟਰ ਟੋਲ ਤੋਂ ਕੱਢਣ ਇਹ ਵੀ ਟੀਮਾਂ ਤਿਆਰ ਨੇ ਵਾਟਰ ਟੋਲ ਤੋਂ ਕੱਢਣ ਟੋਲ ਅਸੀਂ ਦੇ ਬਾਅਦ ਵੀਰ ਦੀ ਗੱਲ ਕਰਾਂਗੇ ਬਾਬਾ ਮੋਤੀ ਰਾਮ ਕਗੜੇ ਦੇ ਨਾਲ ਮੈਂ ਸਾਹਮਣੇ ਅਗਲੇ ਦੇ ਬਾਅਦ ਕਹੇ ਨੌਜਵਾਨ ਬਿੱਲੂ ਦੇ ਕਬਾਨ ਵਿੱਚ ਬੁਕਰੀ ਨੇ ਥੋੜੇ ਦੇ ਪਰੇਸ਼ਾਨੀਆਂ ਵੀ ਬਹੁਤ ਨੇ ਲਾਭ ਵੀ ਥੋੜੇ ਤੇ ਹਾਨੀਆਂ ਵੀ ਬਹੁਤ ਨੇ ਨਸ਼ੀ ਵਿੱਚ ਡੁੱਬਣਾ ਪੰਜਾਬ ਦੀਆਂ ਜਵਾਨੀ ਨੇ ਵੀ ਬਹੁਤ ਨੇ ਕੀ ਹੋਇਆ ਸਾਡੇ ਨਾਲ ਇੱਕ ਦੁੱਖ ਦੇਦਾ ਸਾਡੇ ਪੇੜਾਂ ਦੀਆਂ ਮਿਹਰਬਾਨੀਆਂ ਵੀ ਬਹੁਤ ਨੇ ਸਾਡੇ ਪੇੜਾਂ ਦੀਆਂ ਮਿਹਰਬਾਨੀਆਂ ਵੀ ਬਹੁਤ ਨੇ ਲੈ ਸਾਹਮਣੇ ਤਰੀਕਨਾ ਪਾਇਆ ਕਹਾਂਗਾ ਸਰਦਾਰ ਕਰਨ ਸਿੰਘ ਦਾ ਗੋਲ ਵੀ ਟਿਕਣੀ ਚਾਹੀਦੀ ਹੈ ਗੋਲ ਵੀ ਨਰਮਣ ਕੋਈ ਵੀ ਦਫਾ ਮਾਤ ਹੋਇਆ ਬਤਾ ਦਿੱਤਾ ਗੋਲ ਵੀ ਕਰਵਾਇਆ ਫਿਰ ਬੜਾ ਜਿਲ੍ਹਾ ਕਰਵਾਇਆ ਆਪਣੀ ਟੀਮ ਦੇ ਫੱਟ ਜੋੜ ਦਾ ਹੋਇਆ ਤੁਮੇਗਾ ਤਾਂ ਜਾਤੀ ਸਮਾਸਿਆ ਫਿਰ ਕਬਾਨ ਦੇ ਸੋਹਣੇ ਦਫਾ ਮਾਰਿਆ ਸੋਨਾ ਅਗਲੇ ਬੜੀ ਮਾ ਹੋਇਆ ਮੈਦਾਨ ਦੇ ਵਿੱਚ ਲਓ ਸਾਹਮਣੇ ਮਗਰ ਸੋਨੇ ਦੀ ਪਾਈ ਹੋਈ ਰਹੇਗਾ ਦੂਸਰੇ ਪਾਸੇ ਚਾਰ ਹਾਥੀ ਆ ਤੇ ਪਰਖ ਪਰਖ ਕੇ ਜਵਾਰੀ ਪਾਉਂਦਾ ਹੀਰੇ ਦਾ ਮੁੱਲ ਵੀ ਕੰਡਿਆਂ ਦੀ ਮਾਰ ਸੇ ਕੇ ਮਿਲਦੇ ਹੁਣ ਵੀ ਤੇ ਮਨ ਕਹਿੰਦੇ ਅਗਲਾਂ ਦੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਕਾਲਾ ਤੇ ਨਾ ਜੱਟ ਦੇ ਬਹਾਨੇ ਸਿਤਾਰਾ ਢਿੰਡਾਂ ਦੀ ਟੀਮ ਜੇਤੂ ਆ ਹੋਰ ਕਰ ਬੰਦੇ ਸੀ ਵੀ ਵੀ ਨਾ ਠੀਕ ਹੈ ਜੀ ਆਹ
ਮੁਕਾਬਲਾ ਸ਼ੁਰੂ ਹੋਇਆ ਦੋਨੇ ਕੋਲ ਇਹ ਟੀਮ ਬਾਬਾ ਜੀ ਦਰਬਾਰ ਦਰਬਾਰ ਵਾਲੀ ਸਾਈਡ ਲੰਡੇ ਬਾਬਾ ਭਗਵਾਨ ਦਾਸ ਕਲੱਬ ਇਧਰ ਖੇਤਾਂ ਵਾਲੀ ਸਾਈਡ ਦਾ ਮੁਕਾਬਲਾ ਸ਼ੁਰੂ ਆ ਪਹਿਲੀ ਰੇਲ ਮਾਜਨ ਸਮਾਜ ਭਾਈ ਪੀਰ ਦਾ ਗੁਰਬਿੰਦਾ ਪਾਉਣਾ ਹੋਇਆ ਮੈਦਾਨ ਵਿੱਚ ਗੁਰਬਿੰਦਾ ਲੱਖ ਦੇ ਪਾਉਣਾ ਆਪਣੀ ਟੀਮ ਦੇ ਹਿੱਸੇ ਜੋੜਨਾ ਹੋਇਆ ਲਓ ਉਧਰ ਪਾਲਕ ਵਾਲੀ ਪਾਉਂਦਾ ਲਓ ਰੰਡਿਆਲੇ ਪਿੰਡ ਵਾਲਾ ਪਾਲ ਸਿੰਘ ਵਾਲੀ ਪਾਇਆ ਮੈਦਾਨ ਵਿੱਚ ਲਓ ਸਾਹਮਣੇ ਚਾਰ ਹਾਫੀ ਨੇ ਇੱਕ ਪਾਸੇ ਗੁਰਲਾਂਡੀ ਜਾਂਦਾ ਕਹਿੰਦਾ ਇੰਗਲੈਂਡ ਵੀ ਖੇਡਿਆ ਲਗਾਤਾਰ ਤਿੰਨ ਸਾਲ ਲਓ ਸਾਹਮਣੇ ਦੂਸਰੇ ਪਾਸੇ ਮੈਦਾਨ ਵਿੱਚ ਖੜਿਆ ਹੋ ਚੁੱਕਾ ਵਾਹ ਵਾਹ ਮਿੱਟੀ ਕਹਿੰਦੇ ਪਿਆਰ ਨਾਲ ਲਓ ਸਾਹਮਣੇ ਜੱਫਾ ਲਿਆ ਸਕਦੇ ਪੁਆਇੰਟ ਰੇਟ ਜੋੜਦਾ ਹੋਇਆ ਲਓ ਖੇਡ ਮੈਦਾਨ ਵਿੱਚ ਅਗਲੀ ਕਬਾਡੀ ਕੱਢਦੇ ਆ ਲੰਡੇ ਪਿੰਡ ਵਾਲੇ ਨੌਜਵਾਨ ਦੀ ਲਓ ਸਾਹਮਣੇ ਚਾਰ ਹਾਫੀ ਆ ਲਓ ਸਾਹਮਣੇ ਮੀਟ ਪੈ ਗਿਆ ਦੂਸਰੇ ਪਾਸੇ ਚਾਰ ਹਾਫੀ ਨੌਜਵਾਨ ਜੱਫਾ ਲਾ ਕੇ ਪਹਿਲੇ ਦਿਨ ਕਰਵਾਏਗਾ ਗੱਲ ਸਮਝ ਹੋ ਜਾਵੇਗੀ ਕਿ ਨਾ ਕੋਈ ਜਵਾਨ ਦਿੰਦੀ ਦੁਨੀਆਂ ਬਹੁਤੇ ਰੰਗਾਂ ਦੀ ਰੱਖੇ ਜਾਣ ਤੇ ਡੇਰਾ ਧਾਰੀ ਮਸਤ ਬਣਾਉਂਦਾ ਜੀ ਜਦ ਇੱਕੀ ਪਾਉਣ ਸ਼ਰੀਕ ਕੱਤੀ ਪਾਉਣੀ ਪੈਂਦੀ ਆ ਜੇ ਕੋਈ ਖੰਗ ਬਣਾਉਣੀ ਖੰਗੇ ਤੇ ਖੰਗ ਹਟਾਉਣੀ ਪੈਂਦੀ ਆ ਲਓ ਸਾਹਮਣੇ ਨੌਜਵਾਨ ਲੰਡੇ ਪਿੰਡ ਵਾਲਾ ਲੱਖਾ ਦਾ ਪੁਆਇੰਟ ਅਗਲੀ ਕਬੱਡੀ ਪਾ ਲਿਆ ਲੰਡੇ ਦੀ ਟੀਮ ਵੱਲੋਂ ਦੂਸਰੇ ਪਾਸੇ ਚਾਰ ਹਾਫੀ ਆ ਲਓ ਸਾਹਮਣੇ ਨੌਜਵਾਨ ਵੀ ਕੋਚ ਹੋਇਆ ਤੇ ਪੁਆਇੰਟ ਰੇਟ ਤੇ ਹਿੱਸ ਬੋਲਿਆ ਹੋਇਆ ਚਾਲੀ ਪਾਸ ਆ ਪਾ ਅਗਲੀ ਖੇਡ ਮੈਦਾਨ ਵਿੱਚ ਚੰਦਰਾ ਦੀ ਟੀਮ ਨੂੰ ਸਿਰਫ ਇੱਕ ਮਿੰਟ ਦੀ ਕਾਲ ਹੈ ਚੰਦਰ ਪਿੰਡ ਜੀ ਠੀਕ ਹੈ ਵੀਰ ਲਾਉਂਦਾ ਗੱਠੀ ਗਰਮੀ ਖਾ ਕੇ ਸੰਗ ਫਸੀ ਕੁੰਡੀਆਂ ਦੇ ਦਸਤਰਾ ਬਹਿਲਾ ਗੋਡੀ ਲਾ ਕੇ ਜਾਂਦੇ ਨੇ ਤਾਂ ਉਹ ਗੱਲ ਤਾਂ ਵਿਖਾਈ ਆ ਸੰਗ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿਲਾ ਗੋਡੀ ਲਾ ਕੇ ਉਹਦੇ ਦੁਕਾਨ ਵਿੱਚ ਸੁਬਰੇ ਪਟਾਈ ਘਾ ਰਹੇ ਪੰਜਾਬੀ ਜੋ ਲਓ ਸਾਹਮਣੇ ਦੋਸਤ ਲੰਡੇ ਪਿੰਡ ਦਾ ਬੱਚਿਆਂ ਦਾ ਬੜਾ ਪਕੀਲੇ ਫੱਟ ਜੋੜਦਾ ਹੋਇਆ ਲਓ ਦੁਨੀਆਂ ਦੇ ਟਾਪ ਦੇ ਖਿਡਾਰੀ ਕੋਈ ਅੱਜ ਇਹ ਮੈਂ ਖੇਡ ਕਰਨੇ ਜੋ ਕਰਦਾ ਅਗਲੀ ਕਬਾਈ ਪਾ ਹੋਇਆ ਮੈਦਾਨ ਦੇ ਵਿੱਚ ਲਓ ਸਾਹਮਣੇ ਚਾਰ ਹਾਫੀ ਨੇ ਕੌਣ ਕਿੱਥੇ ਲਾਵੇਗਾ ਗੱਲ ਸਮਝ ਹੋ ਜਾਵੇਗੀ ਚਾਰ ਹਾਫੀ ਨੇ ਤੱਕ ਦਾ ਕੋਈ ਸ਼ਾਹ ਨੂੰ ਹੱਥ ਲੱਗੇ ਨੇ ਆ ਮੈਦਾਨ ਵਿੱਚ ਜਗਤਾਰ ਸਿੰਘ ਪਿੰਡ ਬਲ ਤੋਂ ਪੰਚਾਇਤ ਮੈਂਬਰ ਇਹਨਾਂ ਵੱਲੋਂ ਜੱਟੇ ਲੰਡਾ ਵਾਲੇ ਨੂੰ 100 ਰੁਪਏ ਦਾ ਪ੍ਰਾਈਜ਼ ਆ ਕੇ ਲੈ ਜਾ ਸਕੇਲ ਤੋਂ ਜੱਟੇ ਲੰਡਾ ਵਾਲੇ ਨੂੰ ਚੱਲਦੀ ਪਾਸਿਆ ਪਾ ਵੀ ਰੇਡ ਹੈਲੋ ਜਗਤਾਰ ਸਿੰਘ ਕੰਗ ਪਿੰਡ ਬਲ ਤੋਂ ਮੈਂਬਰ ਇਹਨਾਂ ਵੱਲੋਂ ਜੱਟੇ ਲੰਡਾ ਵਾਲੇ ਨੂੰ 100 ਰੁਪਏ ਦਾ ਪ੍ਰਾਈਜ਼ ਆ ਸਕੇਲ ਤੋਂ ਆ ਕੇ ਲੈ ਜਾ ਉਧਰ ਜੱਟੇ ਦਾ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੀਰਾਂ ਵੱਲੋਂ ਆਪਾਂ ਤਹਿ ਦਿਲ ਤੋਂ ਮਾਰ ਕਰਦੇ ਆ ਕਿ ਲੋਕਾਂ ਤੋਂ ਮਹਿੰਗੀ ਚੀਜ਼ ਜੁੜੇ ਜਿੰਦ ਜਾਨ ਤੇਰੇ ਤੋਂ ਮਾਰਾਂਗੇ ਇਹ ਤਾਂ ਕੌਣ ਵਿੱਤੀ ਨੌਜਵਾਨ ਜੱਫਾ ਪੂਰੀ ਤਿਆਰੀ ਕਰਦਾ ਹੋਇਆ
ਤੇ ਪੁਆਇੰਟ ਪਾਲਾ ਨੌਜਵਾਨ ਚੌਂਦੇ ਵਾਲੀ ਟੀਮ ਦੇ ਇਸ ਦੌਰ ਦਾ ਹੋਇਆ ਕਿ ਪੁੱਤ ਬਰਾਣਾ ਨੇ ਜਿਹੜੇ ਪਿੰਡ ਦੀ ਬਾਜ ਖਾਇਆ ਹੋਇਆ ਸੂਰ ਭੂਰੀ ਦੀ ਧਰਤੀ ਦਾ ਬਠਿੰਡੇ ਆ ਇਹਨਾਂ ਨੌਜਵਾਨ ਖੇਡਿਆ
ਪੱਲਿਆਂ ਨੇ ਵੀ ਖੇਡਿਆ, ਵੱਡੇ ਇਸੇ ਪੱਲਿਆਂ ਸੂਰ ਪੂਰੀ ਕਿਰਕਟ ਕਬੱਡੀ ਵਾਲੇ ਮੈਦਾਨ ਵਿੱਚ ਲਓ ਸਾਹਮਣੇ ਚਾਰ ਹਾਕੀ ਆਵਾਜ਼ ਹੈ ਤੁਹਾਡਾ ਪੱਲਾ ਸੂਰ ਪੂਰੀ ਦੀ ਧਰਤੀ ਦਾ ਪੱਖਾ ਦਾ ਪੁਆਇੰਟ ਆਪਣੀ ਟੀਮ ਦੇ ਇਸ ਦੌੜ ਦਾ ਹੋਇਆ। ਲਓ ਸਾਹਮਣੇ ਆਉਣਾ ਆਪਣੀ ਦੇਰ ਪੰਜ ਦੇ ਪਾਸ ਹੋਇਆ ਚੰਦਰ ਖੇਡਾ, ਦੂਸਰੇ ਪਾਸੇ ਚਾਰ ਤਾਂ ਹਾਕੀ ਨੇ ਕੌਣ ਨਾਲ ਬਾਅਦ ਦੌੜਦਾ ਜੱਫਾ ਆਵੇਗਾ ਸੋਨੇ ਨਾਲ ਮਹਾਨ ਜਾਫੀ ਆ ਫੜਿਆ ਫੁੱਟ ਫੜਾਇਆ ਫੁੱਟ ਲਓ ਸਾਹਮਣੇ ਆਉਣਾ ਜੱਫਾ ਨਾਲ ਦੀ ਪੂਰੀ ਤਿਆਰੀ ਕਰਦਾ ਹੋਇਆ ਮਕਾਨ ਸਭ ਦਾ ਲਾ ਬਾਹਰ ਨੌਜਵਾਨਾਂ ਪੱਲੇ ਸੜ ਕੇ ਜਾਣਾ ਲਓ ਬਾਜਵਾਨ ਅਗਲੀ ਰੇਡ
ਜੀ ਤੋਤਾ ਸਿੰਘ ਵਾਲਾ ਪੀ ਵਰਸਜ ਬਾਬਾ ਬੋਧੀ ਰਾਮ ਕਲੱਬ ਗਗੜੇ ਦੀ ਟੀਮਾਂ ਜਿਹੜਾ ਆਪਾਂ ਮੈਚ ਕਰ ਰਹੇ ਹਾਂ ਸਾਡੇ ਭਗਵੰਤ ਸਿੰਘ ਸੇਖੋ ਹੀਰਾ ਸੇਖੋ ਲਾਈਵ ਟੈਲੀਕਾਸਟ ਕਰ ਰਹੇ ਨੇ ਨਾਲ ਸਾਡਾ ਬੱਚਾ ਜੀ ਜਸਵੰਤ ਪੰਨ ਜਿਹਨੂੰ ਕਹਿੰਦੇ ਨੇ ਵੀ ਬੜਾ ਮਸ਼ਹੂਰ ਸਦਰ ਰਿਹਾ ਹੈ ਆਪ ਇਸ ਵਕਤ ਬੈਠ ਕੇ ਬੈਠੇ ਆਪਣੇ ਇਹਨਾਂ ਮੈਚਾਂ ਦਾ ਲਾਈਵ ਚੱਲ ਰਿਹਾ ਦੇਖ ਰਹੇ ਨੇ ਸੋ ਲੱਖ ਲੱਖ ਬਾਅਦ ਮੁਬਾਰਕਬਾਦ ਹੈ ਜਸਵੰਤ ਪੰਨ ਜੀ ਨੂੰ ਨਾਲ ਭਗਵੰਤ ਸੇਖੋ ਆਪ ਸਾਡਾ ਵੀਰ ਹੀਰਾ ਸੇਖੋ ਜਿਹਨਾਂ ਨੇ ਇਹ ਲਾਈਵ ਟੈਲੀਕਾਸਟ ਕਰਵਾਇਆ ਜਾ ਰਿਹਾ ਹੈ ਸੋ ਕਿਸੇ ਦਾ ਪਹਿਚਾਣ ਦਾ ਬਹੁਤ ਨਹੀਂ ਹੈ ਸੋ ਅੱਜ ਇਹ ਵਧੀਆ ਮੁਕਾਬਲੇ ਦੇ ਵਿੱਚ ਖੇਡੇ ਜਾ ਰਹੇ ਨੇ ਸਭ ਨੇ ਪੈਂਦੀ ਹੋਈ ਕਬੱਡੀ ਗੋਲ ਦੇ ਦਾਇਰੇ ਵਿੱਚ ਹੰਗੇ ਗੋਡੇ ਦਿਸਦੇ ਚੜ ਜਾਂਦਾ ਚਾਗ ਦੇ ਖਿਡਾਰੀ ਵਿੱਚ ਹੱਸਦੇ ਜਾਣਾ ਬਲਹਾਰੇ ਦੀ ਨਾਕਾਮੀ ਦੀ ਕੱਢੀ ਹੈ ਖੇਡਰੀ ਕਬੱਡੀ ਐਸਾ ਖੇਡਰੀ ਕਬੱਡੀ ਹੈ ਖੇਡਰੀ ਕਬੱਡੀ ਐਸਾ ਖੇਡਰੀ ਕਬੱਡੀ ਹੈ ਉਹ ਟੱਕੀ ਕਲੇਜੇ ਨਾਲ ਲਾਇਆ ਹੋਇਆ ਤੋਤਾ ਸਿੰਘ ਪੀ ਦਾ ਇੱਕ ਖਿਡਾਰੀ ਗੁਰਪ੍ਰੀਤ ਸਿੰਘ ਬੀਪੀ ਸਾਹਿਬ ਉਹਨਾਂ ਦਾ ਚੱਲਿਆ ਹੋਇਆ ਚੇਲਾ ਮਾਲਕ ਹੈ ਬਹੁਤ ਸੋਹਣਾ ਕੁਆਟ ਆਪਣੀ ਟੀਮ ਦੇ ਲਈ ਨਾਲ ਹੀ ਰਿਹਾ ਗਿੱਲ ਦੀ ਕਹਿੰਦੇ ਨੇ ਵੀ ਟੀਵੀ ਪੰਜਾਬੀ ਤੇ ਜਿਹੜਾ ਪ੍ਰੋਗਰਾਮ ਹੈ 5 ਨਵੰਬਰ ਨੂੰ ਕਹਿੰਦੇ ਨੇ 7:30 ਰਾਤ ਨੂੰ ਆਪਾਂ ਨੂੰ ਝਲਕੀਆਂ ਦੇਖਣ ਨੂੰ ਮਿਲਣੀਆਂ ਇਹ ਫਿਲਮ ਮਿਲਣੀਆਂ ਤੇ ਨਾਲ ਭਾਈ ਅਮਰਜੀਤ ਦਾ ਜਿਹੜਾ ਖੁੱਲਾ ਖੜਾ ਹੋਵੇਗਾ ਉਸ ਦੀਆਂ ਵੀ ਝਲਕੀਆਂ ਦੇਖਣ ਨੂੰ ਮਿਲਣੀਆਂ ਸਾਹਮਣੇ ਖੜਾ ਹੋਇਆ ਗੁੱਟ ਕਹਿੰਦੇ ਨੇ ਵੀ ਬਾਕੀ ਜੰਗ ਗੁੱਟ ਦੇ ਨਾਮ ਨਾਲ ਮਸ਼ਹੂਰ ਹੋਇਆ ਔਰ ਚੱਕਿਆ ਹੋਇਆ ਖੁੱਚਾ ਤੋਂ ਕਾਟ ਕੀਤਾ ਹੋਇਆ ਬਹੁਤ ਸੋਹਣਾ ਕੁਆਟ ਮਿਲਿਆ ਰੇਡੋ ਤੋਂ ਵੀ ਜਾਫੀ ਦੇ ਗੇਸੇ ਦੇ ਵਿੱਚ ਜੁੜਦਾ ਹੋਇਆ ਹੱਥ ਕੱਢੀ ਯਾਰਾਂ ਦੀ ਤੇ ਖੇਡ ਕੱਢੇ ਸਰਦਾਰਾਂ ਦੀ ਪੈਂਦੀ ਹੋਈ ਕਬੱਡੀ ਦੇ ਦਰਮਿਆਨ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਨਾਲ ਹੀ ਮੇਰੀ ਬੇਨਤੀ ਹੈ ਜਿਹੜੇ ਸਫੇਦ ਵੀਰ ਨੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਗਾਰਾ ਕਲੱਬ ਕਪੂਰੇ ਦੇ ਬਾਹਲਾ ਪਹਿਲਾਂ ਦੋਵੇਂ ਟੀਮਾਂ ਹਾਜ਼ਰ ਵੀ ਪ੍ਰਵਾਸੀ ਹੈ
ਔਰ ਉਸ ਤੋਂ ਅੱਗੇ ਲਾਲਪੁਰ ਟੋਟੀਆਂ ਤੇ ਸ਼ੂਟਿੰਗ ਸ਼੍ਰੀ ਬਾਬਾ ਦੀਪ ਸਿੰਘ ਕਲੱਬ ਵੰਸਜ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਟੋਟਾ ਸਿੰਘ ਵਾਲਾ ਵੰਸਜ ਜਾਂਦਾ ਪੂਰੀ ਵੱਲ ਹੈ ਪਿੰਡ ਵੱਡੀ ਟੀਮ ਜਿਹੜੀ ਬਾਈ ਵਿੱਚ ਚਲੀ ਗਈ ਹੈ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਤੁਹਾਡੀ ਆਪਣੀ ਸਾਂਭ ਹੈ ਬੜੀ ਪਿਆਰੀ ਸਾਂਭ ਹੈ ਸਾਂਭ ਵਾਲਿਆ ਤੇਰੀ ਕੀ ਸਿਫਤ ਕਰਾ ਬੜੇ ਵਧੀਆ ਬੱਚੇ ਨਾਇਕ ਹੋਏ ਨੇ ਸਾਰਿਆਂ ਨੂੰ ਆਉਂਦੀ ਹੈ ਜਿੰਨੇ ਵੀ ਦੂਰੋਂ ਦੂਰੋਂ ਕੱਢ ਕੇ ਆਏ ਹੋਏ ਨੇ ਬਬਲੂ ਸਾਹਿਬ ਸਰਵਿਸ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਨਾ ਜੀ ਮੁਕਾਬਲਾ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਸਾਡਾ ਮੋਦੀ ਜੰਡਾ ਇੱਕ ਪੀਰਮਾ ਮੰਡਲ 20 ਅਕਤੂਬਰ ਨੂੰ ਦਾ ਇੱਥੇ ਮੈਚ ਕਰਵਾਏ ਜਾ ਰਹੇ ਆ ਕਬੱਡੀ ਸਾਡੇ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਟੀਮਾਂ ਤੇ ਪਹੁੰਚਣ ਬਸਤੂ ਸਿੰਘ ਜੀ ਪਿੰਡ ਪੀਰਮਾ ਦੇ ਪ੍ਰਧਾਨ ਸਾਡੇ ਮਹਿਮਾਨ ਪਹੁੰਚੇ ਆ ਇੱਥੇ ਆਉਣ ਤੋਂ ਜੀਆ 25 ਅਕਤੂਬਰ ਨੂੰ ਦੋਨੋਂ ਟੀਮਾਂ ਦੇ ਮੈਚ ਕਰਵਾ ਰਹੇ ਆ ਤੇ ਵੱਧ ਤੋਂ ਵੱਧ ਟੀਮਾਂ ਤੇ ਪਹੁੰਚਣ ਲਾਲਪੁਰ ਟੋਟੀਆਂ ਵਰਸੇ ਦੇ ਸ਼ੂਸ਼ਕ ਨਾ ਵੀ ਬਲਵੰਤ ਸਿੰਘ ਨੂੰ ਇੱਕ ਬਾਅਦ ਆਦਰ ਉਧਰ ਬਸਵੰਤ ਬੰਦ ਦੇਣਾ ਵੀ ਮੈਚਾਂ ਦਾ ਇਲਾਕ ਠੀਕ ਹੈ ਆਪਾਂ ਦੱਸ ਰਹੇ ਹਾਂ ਬਸਵੰਤ ਹਰ ਖਿਡਾਰੀ ਦੇ ਮਨ ਦੇ ਵਿੱਚ ਤਮੰਨਾ ਹੈ ਕਿ ਜਿੱਤ ਕੇ ਆਵਾਂ ਪਿੰਡ ਬੰਦ ਦੀ ਧਰਤੀ ਤੇ ਅੱਜ ਖੇਡ ਮੇਲਾ ਹੋ ਰਿਹਾ ਹੈ ਦੁਗਾ ਦੁਗਾ ਤੱਕ ਇਹ ਖੇਡ ਮੇਲਾ ਹੁੰਦਾ ਰਹੇਗਾ ਇਸੇ ਤਰ੍ਹਾਂ ਪੀਰਾਂ ਦੀ ਯਾਦ ਪੀਰ ਬਾਬਾ ਮਸਤ ਸ਼ਾਹ ਜੀ ਦਮਾ ਦਾ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਇਹ ਲਾਗੂ ਕਪੂਰੇ ਜਿੱਥੋਂ ਦਾ ਕਹਿੰਦੇ ਵੀ ਪ੍ਰੇਮ ਵਰਗੇ ਗੇਦੀ ਵਰਗੇ ਬਹੁਤ ਹੀ ਸੋਹਣੀ ਕਬੱਡੀ ਖੇਡਦੇ ਨੇ ਗੇਦੀ ਕਪੂਰਿਆ ਹੋਇਆ ਸਰਗਸੀ ਬਲਕਾਰ ਸਿੰਘ ਦਾ ਮਾਮਲਾ ਪੁੱਤਰ ਹੈ ਮੇਰੇ ਵੀਰੋ ਕਹਿੰਦੇ ਵੀ ਕਨੇਡਾ ਸ਼ਹਿਰ ਦੇ ਵਿੱਚ ਬਾਬਾ ਫਰੀਦ ਕਬੱਡੀ ਕਲੱਬ ਰੋਹਿਤੇ ਦੇ ਲਈ ਸੋਹਣੀ ਕਬੱਡੀ ਪਾਈ ਹੈ ਔਰ ਦੂਜੇ ਪਾਸੇ ਜੇ ਖੁੱਲ ਨੂੰ ਲੱਗਦਾ ਫੜਕਿਆ ਜਾਂ ਪਰ ਪਹਿਲੀ ਇੱਕ ਸਟਾਰਟ ਕਰੋ ਬਹੁਤ ਸੋਹਣਾ ਪੁਆਇੰਟ ਗੇਦੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਰਹੀ ਹੈ ਲੱਖਾ ਆਪਣੀਆਂ ਅੱਖਾਂ ਨਾਲ ਲੱਕੜ ਨਾਲ ਲੋਹਾ ਕਰਦਾ ਵੇਖਿਆ ਹੈ ਉਹ ਸੰਤਾਨ ਵਾਰ ਕਮਾਵੇ ਪਲ ਪਲ ਦੇ ਲਈ ਮਰਦਾ ਦੇਖਿਆ ਮੈਂ ਵਾਹ ਸਿੰਘ ਸਾਹਮਣੇ ਪੈਂਦੀ ਹੋਈ ਕਬੱਡੀ ਹੈ ਸੋਹਣਾ ਮਾਤ ਹੈ ਜੋ ਸੰਤਾਨ ਵਾਰ ਕਮਾਵੇ ਪਲ ਪਲ ਦੇ ਲਈ ਮਰਦਾ ਦੇਖਿਆ ਮੈਂ ਸਾਜ ਸੁਭਾ ਵਿੱਚ ਬੋਲਿਆ ਸਾਧੂ ਦਾ ਬੋਲ ਨਾ ਖਾਲੀ ਜਾ ਸੁਖਿਆ ਰੱਬ ਵਧਾਵੇ ਹੋਣ ਸਲਾਮਾ ਕਿਉਂ ਮਨ ਦਾ ਫਿਰ ਰਹਿਤਾ ਹੈ ਸੋਹਣੇ ਮਾਤੇ ਦੀਆਂ ਗੱਲਾਂ ਨੇ ਹਰ ਮਾਨ ਸਨਮਾਨ ਨੇ ਲਾਜੀ ਸਾਹਮਣੇ ਪੈਂਦੀ ਹੋਈ ਕਬੱਡੀ ਇੱਕ ਬਾਅਦ ਰਾਤ ਲੈ ਜਾ ਆ ਸਾਡੇ ਦਾ ਫੈਸਲਾ ਨਿੱਕੇ ਮੋਟੇ ਫੈਸਲੇ ਜਾ ਕਰ ਲਾਜੀ ਸਾਹਮਣੇ ਪੈਂਦੀ ਹੋਈ ਕਬੱਡੀ ਇੱਕ ਬਾਅਦ ਆ ਕਬੀਤ ਬਹੁਤ ਹੀ ਵਧੀਆ ਬੜਾਈ ਲਾਲਪੁਰ ਟੋਟੀਆ ਤੇ ਸ਼ੂਸ਼ਕ ਇਹ ਟੀਮਾਂ ਟੋਟੀਆਂ ਦੀ ਟੀਮ ਹੈਗੀ ਹੈ ਜੀ ਪਹਿਲਾਂ ਫਿਰ ਬਾਜੀ ਤੇ ਸ਼ੂਸ਼ਕ ਵਾਲੇ ਵੀ ਹਾਜ਼ਰ ਨਾਜ਼ਰ ਨੇ
ਸਾਹਮਣੇ ਪਹਿਲੀ ਹੋਈ ਕਬੱਡੀ ਹੈ ਹੱਟ ਕਬੱਡੀ ਯਾਰਾਂ ਦੀ ਤੇ ਖੇਡ ਵੱਡੇ ਸਰਦਾਰਾਂ ਦੀ ਇਹ ਸਰਦਾਰਾਂ ਦੀ ਮਾਂ ਖੇਡ ਕਬੱਡੀ ਦੀ ਤਾਂ ਖੁਸ਼ੀਆਂ ਦਾ ਹੈ ਸਲਿਆਣੀ ਵਾਲਾ ਪਬਲੀ ਕਹਿੰਦੇ ਨੇ ਕਦੇ ਕਦੇ ਅੰਗਾਰੇ ਦੀ ਸੇਵਾ ਕਰਦਾ ਕਿਤੇ ਕਿਤੇ ਨੂਰ ਬਣਦਾ ਪਰ ਸਾਹਮਣੇ ਮਾਤਾ ਨੂੰ ਕਿਹਾ ਵੀ ਦਿੱਲੀ ਤੋਂ ਬਾਹਰ ਕਰਿਆ ਕਰੇ ਉਹਨਾਂ ਜਾਇ ਤੇ ਬੰਦਰ ਵਾਸਤੇ ਮਾੜਾ ਮੋਟਾ ਫਰਕ ਪੈ ਜੇ ਪਰ ਕੁਰਸੀ ਤੇ ਬੈਠੇ ਰਹਿੰਦੇ ਕੀ ਕਰੀਏ ਬਾਜੀ ਸਾਹਮਣੇ ਕਹਿੰਦੇ ਨੇ ਕਬੱਡੀ ਪਾ ਦੇ ਲਈ ਅੱਗੇ ਵਧਿਆ ਹੋਇਆ ਨਸ਼ਿਆਂ ਤੋਂ ਰਾਤ ਜਵਾਨੀ ਕਾਪੀ ਮਰਮਾਰ ਜਵਾਨੀ ਮੇਜੇ ਦੇ ਦੇਵਤਾ ਦਾ ਵੀ ਸੌਖਾ ਮਿਲ ਪਾਵੇਗਾ ਰਾਮਾ ਕਰ ਬਣ ਫੜ ਕੇ ਮਿੱਤਰਾ ਨਜ਼ਰਾਂ ਲਵਾ ਲੇਗਾ ਬਲਿ ਕਰਮ ਹੈ ਬਲਕਾਰਮਾ ਜੀ ਨੇ ਕੋਸ਼ਿਸ਼ ਕੀਤੀ ਪਰ ਪੁਆਟ ਬੇਜੀ ਕਪੂਰਿਆ ਹੋਇਆ ਆਪਣੀ ਟੀਮ ਦੇ ਹਿੱਸੇ ਜੋੜ ਲੱਗੇ ਹੈ ਲੱਖਾ ਲੱਖਾ ਔਰ ਦੂਜੇ ਪਾਸੇ ਕਹਿੰਦੇ ਨੇ ਵੀ ਕੋਸ਼ਿਸ਼ ਕੀਤੀ ਲੱਖ ਬਾਹਰ ਜਗ੍ਹਾ ਦੀ ਫੇਰ ਨਹੀਂ ਆਉਣੀ ਦੂਜੇ ਪਾਸੇ ਸ਼ਾਨਦਾਰ ਜੱਥੇ ਦੀਆਂ ਗੱਲਾਂ ਨੇ ਅਗਲੇ ਬੈਚ ਦੀਆਂ ਦੋਨੋਂ ਟੀਮਾਂ ਹਾਜ਼ਰ ਨੇ ਔਰ ਤੋਤਾ ਸਿੰਘ ਵਾਲਾ ਇਹ ਸ਼ਾਨਦਾਰ ਆਪਣੀ ਕਲਾ ਤੋਂ ਬੰਦ ਹੈ ਜਾਈ ਬਾਹਰ ਸੋਨਾ ਪੁਆਇੰਟ ਪਾਣੀ ਨਾ ਕਰੋ ਹੋ ਗਏ ਪੁਆਇੰਟ ਤੇ ਮਿੱਤਰੋ ਆਪਾਂ ਨੂੰ ਵੇਲ ਨਹੀਂ ਆਉਂਦਾ ਇੱਕ ਅੱਧਾ ਮਿੰਟ ਦੇ ਲਈ ਜੇ ਆਪਾਂ ਪਾਣੀਆਂ ਮਾਰ ਦੇਵਾਂਗੇ ਬਾਹਰ ਸੋਨਾ ਮੁਕਾਬਲਾ ਹੋ ਗਿਆ ਇੱਕ ਬਾਅਦ ਲਾ ਵੀ ਸਮੇ ਟੌਪ ਦਾ ਜਾਫੀ ਸਮ ਹੈ ਟੌਪ ਦਾ ਜਾਫੀ ਬਲਕਾਰ ਹੈ ਔਰ ਕਹਿੰਦੇ ਨੇ ਵੀ ਬਲਕਾਰ ਦੇ ਨਾਲ ਹੱਥ ਜੋੜੀਆਂ ਹੋ ਚੁੱਕੀਆਂ ਨੇ ਨਹੀਂ ਸਰ ਦੇਖਣਾ ਬਲਕਾਰ ਨੇ ਔਰ ਇਕਬਾਲ ਕਹਿੰਦਾ ਵੀ ਬਾਹਰ ਨੂੰ ਕੀ ਲਈ ਬੈਠਾ ਪਰ ਲੱਗ ਨੂੰ ਤਾਂ ਪਤਾ ਵੀ ਬਲਕਾਰ ਨੂੰ ਕੀ ਲਈ ਬੈਠਾ ਵਾਹ ਵਾਹ ਉਹ ਸਰ ਲੱਗ ਬੜਾਇਆ ਮਾਰਾ ਤੇ ਅਮਲੀ ਨਿਭਾਇਆ ਮਾਰਾ ਤੇ ਇੱਧਰ ਗੱਫਾ ਲਾਇਆ ਮਾਰਾ ਤਾਂ ਹੋ ਸਕਦਾ ਗੱਫਾ ਲਾਇਆ ਤਾਂ ਚੰਗਾ ਹੁੰਦਾ ਵਾਹ ਸਰ ਨਹੀਂ ਸਰ ਅਮਰਦੀਪ ਸਿੰਘ ਕੰਗ ਸਾਡਾ ਵੀਰੋ ਆਸਟ੍ਰੇਲੀਆ ਤੋਂ ਮੈਚ ਦੇਖ ਰਿਹਾ ਮੈਂ ਤਾਂ ਲਾਈਵ ਕਰ ਰਿਹਾ ਪਰਮਾਤਮਾ ਦੀ ਅਰਦਾਸ ਬੇਨਤੀ ਕਰਦੇ ਹਾਂ ਕਿ ਲੱਖਾਂ ਵਿੱਚ ਪੁਜਾਰੀ ਯੁੱਗ ਪੈਦੋ ਫੁੱਲ ਸੋਭ ਦੇ ਨਾ ਦੇ ਲਾ ਕੇ ਆ ਰਹੀਆਂ ਨੇ ਹੋ ਜਾਣ ਯਾਰ ਗਦਾਰ ਦੇ ਕਰਕੇ ਹੋਣ ਨਾ ਇਹਨਾਂ ਯਾਰੀਆਂ ਦੇ ਬੰਦਰ ਲੱਗ ਦੇ ਸਾਰਾ ਮੈਦਾਨ ਸੁੱਖਿਆ ਇਹ ਵੀ ਸੋਭ ਦੇ ਨਾਲ ਖਿਡਾਰੀਆਂ ਦੇ ਸੁੱਖੇ ਜੱਟ ਦੀ ਬੇਨਤੀ ਰੱਬ ਅੱਗੇ ਕਿਤੇ ਸੱਤ ਨਾ ਵਧੇ ਖਿਡਾਰੀਆਂ ਦੇ ਸੁੱਖੇ ਜੱਟ ਦੀ ਬੇਨਤੀ ਨੱਚਦਾਂਗੇ ਕਿਤੇ ਸੱਤ ਨਾ ਵਧੇ ਖਿਡਾਰੀਆਂ ਦੇ ਪ੍ਰਮਾਤਮਾ ਇਹਨਾਂ ਨੂੰ ਇਹ ਪੀੜਾ ਸੱਟਾ ਫੇਟਾ ਤੋਂ ਬਚਾਈ ਇਹ ਪੰਜਾਬ ਸਾਡੇ ਦੇ ਵੀਰੇ ਨੇ ਤੱਤੀ ਵਾਰ ਨਾ ਲਾਈ ਇਹ ਬਹੁਤ ਵਧੀਆ ਖੇਡ ਹੈ ਮਾੜੀ ਜੀ ਵਿੱਚੇ ਚੱਲਦਾ